ਹੁਣ ਇੰਨੇ ਸਾਰੇ ਜਿਹੜੇ ਕਿੰਨੇ ਸਾਰੇ ਬੱਚੇ ਵੱਡੀਏ ਚ ਜਾ ਕੇ ਦੱਸਦੇ ਆ ਕਿ ਦੇ ਵਰ ਵਿਕਟਿਮ ਆਫ ਸੈਕਸ਼ੁਅਲ ਅਸੌਲਟ ਬਾਈ ਅ ক্লোਜ਼ ਫੈਮਿਲੀ ਮੈਂਬਰ ਆਫ ਅ ক্লোਜ਼ ਫੈਮਿਲੀ ਫਰੈਂਡ ਉਹ ਕਿਉਂ ਹੁੰਦਾ ਕਿਉਂਕਿ ਬੱਚੇ ਆਪਣੇ ਪੇਰੈਂਟਸ ਨਾਲ ਜਦੋਂ ਫਸਟ ਅਟੈਂਪਟ ਹੋਈ ਸੀ ਨਾ ਦੇ ਕੁਡਨਟ ਟਾਕ ਜੋ ਤੁਸੀਂ ਕਰ ਨਹੀਂ ਹੈਗੇ ਯੂ نو ਕਿ ਬੱਚਾ ਟੀਵੀ ਦੇ ਵਿੱਚ ਹਰ ਤਰ੍ਹਾਂ ਦੀ ਚੀਜ਼ ਦੇਖੇਗਾ ਸੋ ਤੁਸੀਂ ਤੁਹਾਡੇ ਕਹਿਣ ਦਾ ਮਤਲਬ ਵੀ ਆਪਾਂ ਹੁਣ ਜਿਸ ਦੌਰ 'ਚ ਰਹਿ ਰਹੇ ਹਾਂ ਜੀ ਬਿਲਕੁਲ ਇਹਦੇ 'ਚ ਸਾਰੀਆਂ ਚੀਜ਼ਾਂ ਅਵੇਲੇਬਲ ਨੇ ਇੰਟਰਨੈਟ ਦੇ ਥਰੂ ਹੋਰ ਆਲੇ ਦੁਆਲੇ ਦੇ ਥਰੂ ਸਾਡਾ ਜਿਹੜਾ ਸੋ ਕਾਲਡ ਐਂਟਰਟੇਨਮੈਂਟ ਵਰਲਡ ਹੈ ਮੀਡੀਆ ਦੇ ਥਰੂ ਇਹਦੇ ਚ ਚੀਜ਼ਾਂ ਨੂੰ ਫੇਸ ਕਰਨਾ ਪਊਗਾ ਬਿਲਕੁਲ ਬਿਲਕੁਲ ਇਹਦੇ ਚ ਸਰਦੇ ਪਾ ਕੇ ਬਚਾ ਨਹੀਂ ਹੋ ਸਕਦਾ ਸਾਡੇ ਜਿਹੜੀਆਂ ਰਿਲੀਜੀਅਸ ਕਹਾਣੀਆਂ ਜਿਹੜੀ ਮਾਇਥੋਲੋਜੀ ਇਸ ਨੂੰ ਕਹਿੰਦੇ ਆ ਜਾਂ ਹੋਰ ਜਿਹੜੀਆਂ ਟੈਕਸਟ ਨੇ ਹਾਂਜੀ ਉਹਦੇ ਚ ਇਹਨਾਂ ਚੀਜ਼ਾਂ ਬਾਰੇ ਗੱਲ ਕਰਨ ਵੇਲੇ ਕੋਈ ਚੀਜ਼ ਨਹੀਂ ਸੀ ਵੀ ਮਾਪਿਓ ਬੱਚਿਆਂ ਦੇ ਸਾਹਮਣੇ ਲੜਨ ਵੇਲੇ ਤੇ ਦੋ ਵਾਰੀ ਵੀ ਨਹੀਂ ਸੋਚਦੇ ਪਿਆਰ ਜਤਾਨ ਵੇਲੇ ਬੜੀ ਵਾਰੀ ਸੋਚਦੇ ਠੀਕ ਹੈ ਜੇ ਤੁਹਾਨੂੰ ਇੱਕ ਦੂਸਰੇ ਤੇ ਪਿਆਰ ਆ ਰਿਹਾ ਯੂ ਵਾਂਟ ਟੂ ਹੱਗ ਈਚ ਅਦਰ ਯੂ ਵਾਂਟ ਟੂ ਕਿੱਸ ਈਚ ਅਦਰ ਉਹ ਤੁਸੀਂ ਤੁਹਾਨੂੰ ਸ਼ਰਮ ਆਉਂਦੀ ਆ ਬੱਚਾ ਸਾਹਮਣੇ ਕਰਨ ਨੂੰ ਤੇ ਇੱਕ ਦੂਜੇ ਦੀ ਕੁੱਤਾ ਦੀ ਵਾਲ ਪੁੱਟਣ ਚ ਨਾ। ਵੀ ਤੇ ਕਦੀ ਇੱਕ ਦੂਜੇ ਦੀ ਪੁੱਤਾ ਖਾਣੀ ਕਰੇ ਤੁਹਾਨੂੰ ਕੋਈ ਸ਼ਰਮ ਨਹੀਂ ਆਉਂਦੀ। ਰੋਸ਼ਨੀ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅੱਜ ਇੱਕ ਵਾਰ ਫੇਰ ਮੈਂ ਤੁਹਾਡਾ ਸਾਥ ਦੇ ਰਿਹਾ ਇਸ ਸ਼ੋਅ 'ਚ ਸ਼ਮੀਲ ਜਸਵੀਰ। ਉਮੀਦ ਹੈ ਮੰਡੇ ਤੋਂ ਮਨਪ੍ਰੀਤਵਰੀ ਵਾਪਸ ਹੋਣਗੇ ਤੇ ਤੁਹਾਡਾ ਸਾਥ ਫਿਰ ਵਾਪਸ ਮੰਡੀ ਤੋਂ ਸਫ਼ਰ ਸ਼ੁਰੂ ਹੋਏਗਾ ਮਨਪ੍ਰੀਤਵਰਾ ਨਾਲ। ਤੇ ਅੱਜ ਦੇ ਇਸ ਸ਼ੋਅ ਦੌਰਾਨ ਜੋ ਅਸੀਂ ਗੱਲਬਾਤ ਕਰਾਂਗੇ ਬੜਾ ਹੀ ਇੰਪੋਰਟੈਂਟ ਟੌਪਿਕ ਵੀ ਹੈ, ਬੜਾ ਸੈਂਸਿਟਿਵ ਟੌਪਿਕ ਟੌਪਿਕ ਵੀ ਹੈ। ਤੇ ਜਿੰਨਾ ਇਹ ਸੈਂਸਿਟਿਵ ਤੇ ਇੰਪੋਰਟੈਂਟ ਹੈ ਉਨਾ ਹੀ ਇਹਦੇ ਬਾਰੇ ਗੱਲ ਕਰਨ ਬਾਰੇ ਗੱਲ ਕਰਨ ਲਈ ਸਾਡੇ ਮਨਾਂ 'ਚ ਪੈਰੈਂਟਸ ਹੈਜੀਟੇਸ਼ਨ ਹੈ ਸਾਡੇ ਮੈਂਟਲ ਬਲਾਕਸ ਨੇ ਸਾਡੇ ਕਲਚਰ ਦੀਆਂ ਕੁਝ ਚੀਜ਼ਾਂ ਨੇ ਤੇ ਇਸ ਕਰਕੇ ਅੱਜ ਦੀ ਅਸੀਂ ਗੱਲਬਾਤ ਕਰਾਂਗੇ ਤੇ ਇਹ ਗੱਲਬਾਤ ਅਸਲ ਵਿੱਚ ਤਦ ਹੀ ਹੋ ਸਕਦੀ ਜੇ ਅਸੀਂ ਕੋਈ ਇਹ ਨਹੀਂ ਕਿ ਇੱਕ ਜਣਾ ਬੋਲ ਰਿਹਾ ਕਿ ਸਾਰੇ ਹੀ ਆਪਣੀ ਆਪੋ ਆਪਣਾ ਆਪਣੀ ਗੱਲ ਜਾਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਨੀ ਹੈ ਜਿਹੜੀ ਬੱਚਿਆਂ ਦੀ ਸਕੂਲਾਂ 'ਚ ਸੈਕਸ ਐਜੂਕੇਸ਼ਨ ਹੈ। ਇਹਨੂੰ ਲੈ ਕੇ ਪਿਛਲੇ ਟਾਈਮ ਦੌਰਾਨ ਕੰਟਰੋਵਰਸੀਆਂ ਵੀ ਹੁੰਦੀਆਂ ਰਹੀਆਂ ਨੇ, ਕੁਝ ਸਾਡੇ ਪੇਰੈਂਟਸ 언ਕੰਫਰਟੇਬਲ ਵੀ ਫੀਲ ਕਰਦੇ ਰਹੇ ਨੇ। ਪਰ ਇਹ ਹੁਣ ਇਸਨੂੰ ਮੰਨ ਕੇ ਚੱਲੀਏ ਕਿ ਇਹ ਰਿਐਲਿਟੀ ਆ। ਇਹ ਜਿਹੜਾ ਈਵਨ ਜਿਹੜਾ ਕਰਿਕੂਲਮ ਚੇਂਜ ਕੀਤਾ ਗਿਆ ਸੀ, ਉਹਨੂੰ ਵੀ ਸ਼ੁਰੂ-ਸ਼ੁਰੂ 'ਚ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ, ਹੁਣ ਸਾਰਾ ਕੁਝ ਉੱਥੇ ਸੈਟਲ ਹੋ ਗਿਆ। ਤੇ ਹੁਣ ਉਸ ਚੀਜ਼ ਬਾਰੇ ਤੇ ਬਹਿਸ ਕਰਨ ਦਾ ਕੋਈ ਤੁਕ ਨਹੀਂ ਹੈ ਕਿ ਕੀ ਹੋ ਸਕਦਾ ਕੀ ਨਹੀਂ ਹੋਣਾ ਚਾਹੀਦਾ ਇਸ ਵੇਲੇ ਇਹ ਰਿਐਲਿਟੀ ਆ ਜਿਹੜਾ ਇਸ ਵੇਲੇ ਸਾਡੇ ਸਾਹਮਣੇ ਇਸ਼ੂ ਹੈ ਕਿ ਜਿਹੜੀ ਚੀਜ਼ ਇਸ ਵੇਲੇ ਸਾਡੇ ਜਿਸ ਜਿਸ ਤੋਂ ਅਸੀਂ ਬਚ ਨਹੀਂ ਸਕਦੇ ਅਸੀਂ ਉਹਦੇ ਬਾਰੇ ਗੱਲ ਕਿਵੇਂ ਕਰਨੀ ਕਿਉਂਕਿ ਸਕੂਲਾਂ ਦੇ ਵਿੱਚ ਤੇ ਕਰਿਕੂਲਮ ਹੈ ਸਕੂਲਾਂ 'ਚ ਤੇ ਸਾਰਾ ਕੁਝ ਪੜਾਇਆ ਜਾ ਰਿਹਾ ਪਰ ਬਹੁਤ ਸਾਰੇ ਪੇਰੈਂਟਸ ਅਜੇ ਵੀ ਇਸ ਚੀਜ਼ ਤੋਂ ਅੱਖਾਂ ਮੀਚਣ ਦੀ ਕੋਸ਼ਿਸ਼ ਕਰਦੇ ਨੇ ਜਾਂ ਇਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਨੇ ਪਰ ਜਿਹੜੇ ਐਜੂਕੇਸ਼ਨਿਸਟ ਨੇ ਜਾਂ ਜਿਹੜੇ ਐਕਸਪੋਰਟ ਨੇ ਜਾਂ ਹੋਰ ਜਿਹੜੇ ਲੋਕ ਸਟੱਡੀ ਕਰਦੇ ਨੇ ਹਿਊਮਨ ਬਿਹੇਵੀਅਰ ਨੂੰ ਬੱਚਿਆਂ ਨੂੰ ਬੱਚਿਆਂ ਦੀ ਗ੍ਰੋਥ ਦੇ ਇਸ਼ੂਜ਼ ਨੂੰ ਉਹਨਾਂ ਦਾ ਇਹ ਮੰਨਣਾ ਕਿ ਪੈਰੈਂਟਸ ਦਾ ਇਹਦੇ ਬਾਰੇ ਗੱਲ ਕਰਨਾ ਬਹੁਤ ਜ਼ਰੂਰੀ ਹੈ ਇਹਦੇ ਬਾਰੇ ਜੋ ਐਜੂਕੇਸ਼ਨਿਸਟ ਕਹਿੰਦੇ ਨੇ ਜਾਂ ਐਕਸਪੋਰਟ ਕਹਿੰਦੇ ਨੇ ਉਹ ਤੇ ਇੱਕ ਸੈਪਰੇਟ ਟਾਪਿਕ ਹੈ ਉਸ ਪਾਸੇ ਨਹੀਂ ਅਸੀਂ ਜਾ ਰਹੇ ਉਹਦੇ ਵਿੱਚ ਬਹੁਤੀਆਂ ਗੱਲਾਂ ਹੋਣ ਲੋਕਾਂ ਨੇ ਕਈਆਂ ਹੋਈਆਂ ਨੇ ਉਸ ਤੋਂ ਬਾਅਦ ਹੀ ਸਾਰਾ ਕੁਝ ਹੋਏ ਸੈਟਲ ਹੋ ਚੁੱਕਿਆ ਇੱਕ ਪੈਰੈਂਟਸ ਦੇ ਤੌਰ ਦੇ ਉੱਤੇ ਖਾਸ ਕਰਕੇ ਜਿਹੜੇ ਸਾਡੇ ਅਸੀਂ ਸਾਊਥ ਈਸ਼ੀਅਨ ਬੈਕਗ੍ਰਾਉਂਡ ਵਾਲੇ ਪੈਰੈਂਟਸ ਆ ਸਾਡੇ ਜਿਹੜੇ ਬਲੌਕਸ ਨੇ ਉਹ ਕਿਵੇਂ ਇਹਦੇ ਵਿੱਚ ਪ੍ਰੋਬਲਮ ਬਣਦੇ ਨੇ ਜਾਂ ਕਿਵੇਂ ਅਸੀਂ ਇਹਦੇ ਨਾਲ ਡੀਲ ਕਰ ਸਕਦੇ ਆ ਉਸ ਬਾਰੇ ਅਸੀਂ ਗੱਲਬਾਤ ਕਰ ਰਹੇ ਆ ਸਾਡੇ ਨਾਲ ਸਟੂਡੀਓ 'ਚ ਇੱਕ ਪੈਰੈਂਟ ਦੇ ਤੌਰ ਦੇ ਉੱਤੇ ਹੀ ਚੇਤਨਾ ਨੇ ਜਿਹੜੇ ਕਿ ਬੜੇ ਜਾਗਰੂਕ ਬੜੇ ਅਵੇਅਰ ਪੈਰੈਂਟ ਨੇ ਤੇ ਇਹ ਆਪਣਾ ایکسپੀਰੀਅנס ਸ਼ੇਅਰ ਕਰਨਗੇ ਤੇ ਬਾਕੀ ਵੀ ਜਿਹੜੇ ਸਾਰੇ ਦੋਸਤ ਨੇ ਉਹ ਆਪਣਾ ایکسپੀਰੀਅנס ਸ਼ੇਅਰ ਕਰ ਸਕਦੇ ਨੇ ਜਿੰਨਾ ਬਹੁਤ ਸ਼ੁਕਰੀਆ ਪਹਿਲਾਂ ਤੇ ਥੈਂਕ ਯੂ ਸ਼ਮੀਲ ਜੀ ਆਰ ਸਾਰੇ ਰੈਡ ਐਫਐਮ ਦੇ ਲਿਸਨਰਸ ਨੂੰ ਵੀ ਮੇਰਾ ਸਤਿ ਸ੍ਰੀ ਅਕਾਲ ਤੁਸੀਂ ਆਪਣੇ ਇੱਕ ਇੱਕ ਪੇਰੈਂਟ ਦੇ ਤੌਰ ਤੇ ਤੁਹਾਡੇ ਸਾਹਮਣੇ ਵੀ ਇਹ ਉਹੀ ਰਿਐਲਿਟੀ ਹੈ ਜੋ ਬਾਕੀ ਸਾਰੇ ਪੇਰੈਂਟਸ ਦੇ ਸਾਹਮਣੇ ਆ ਬਿਲਕੁਲ ਤੁਸੀਂ ਇਸ ਨੂੰ ਕਿਵੇਂ ਲਿਆ ਕਿਵੇਂ ਇਹਦੇ ਨਾਲ ਡੀਲ ਕਰਦੇ ਤੁਸੀਂ ਕੀ ਸਮਝਦੇ ਹੋ ਤੁਹਾਡਾ ਕੀ ਐਕਸਪੀਰੀਅנס ਹੈ ਸ਼ਮੀਲ ਜੀ ਅਮ ਜਦ ਆਈ ਥਿੰਕ ਐ 2018 ਦੇ ਵਿੱਚ ਇੱਕ 커ਰਿਕੂਲਮ ਆਇਆ ਹੈ ਆਪਣੇ ਆਈ ਥਿੰਕ ਉਸ ਤੋਂ ਪਹਿਲੇ ਉਸ ਤੋਂ ਪਹਿਲਾਂ ਵੀ ਸੀਗਾ ਉਹਦੇ ਵਿੱਚ ਕੁਝ ਚੇਂਜਸ ਕੀਤੀਆਂ ਗਈਆਂ ਹਾਂ ਹਾਂ ਬਟ ਜਿਹੜਾ ਮੇਨ ਹੋਣ ਜੋ ਸਕੂਲਸ ਦੇ ਵਿੱਚ ਚੱਲ ਰਿਹਾ ਹੈ ਦੈਟਸ ਉਹਦੇ ਵਿੱਚ ਪਿੱਛੇ ਬੜੀ ਡਿਸਕਸ਼ਨਸ ਹੋ ਕੇ ਡਿਬੇਟਸ ਹੋ ਕੇ ਸਟ੍ਰਾਈਕਸ ਹੋ ਕੇ ਉਸ ਤੋਂ ਬਾਅਦ ਫਾਈਨਲੀ ਜੋ ਸਾਡੇ ਸਭ ਨੇ ਆਇਆ ਹੈ ਅਮ ਜੇ ਤੁਸੀਂ ਸਿਰਫ 커ਰਿਕੂਲਮ ਨੂੰ ਦੇਖੋ ਨਾ ਤੇ ਗ੍ਰੇਡ 4 ਤੱਕ ਬੱਚਿਆਂ ਨੂੰ ਬੇਸਿਕ ਹਾਈਜੀਨ ਟਡੇ ਬਾਡੀ ਦਾ ਹਾਈਜੀਨ ਟਡੇ ਹੈਲਥ ਤੇ ਹਾਈਜੀਨ ਬਾਰੇ ਦੱਸਦੇ ਆ ਸੋ ਵੈਨ 올 ਦਿਸ ਵਾਸ ਹੈਪਨਿੰਗ ਤੇ ਮੈਂ ਪੜ੍ਹ ਰਹੀ ਸੀ ਕਿ ਐਕਚੁਅਲੀ ਪੜਾ ਆ ਕੀ ਰਿਹਾ ਹੈ ਐਂਡ ਬੀ ਮੈਂ ਸੋਚਿਆ ਵੀ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਉਸ ਤੋਂ ਪਹਿਲੇ ਖੁੱਤਿਆ ਅਵੇਅਰ ਹੋਣਾ ਚਾਹੀਦਾ ਕਿ ਐਕਚੁਅਲੀ ਦੇ ਵਿੱਚ ਕੀ ਪੜਾਨਗੇ ਅ ਬਟ ਈਵਨ ਬਿਫੋਰ ਥੈਟ ਆਈ ਊਡ ਸੇ 2015 ਜਦੋਂ ਮੇਰਾ ਬੇਟਾ 3 ਸਾਲ ਦਾ ਸੀਗਾ ਵੈਨ ਹੀ ਟਰਨਡ 3 ਮੈਂ ਉਹਦੇ ਨਾਲ ਆਲਰੇਡੀ ਗੱਲ ਕਰਨੀ ਸ਼ੁਰੂ ਕੀਤੀ ਅਬਾਊਟ ਹਿਸ ਬਾਡੀ ya who has right to touch you who does not have right to touch you eh jediyan cheezan eh badi important hai aur age appropriate hai be hun je mai kawan ki toade father jadon tonu nahla reya hai ki oh tonu touch kar sakde hai ya nahi kar sakde hai ya je toade doctor tonu touch kar sakde hai kithe kar sakde hai if you are uncomfortable how do you react eh gallan eh nahi hai ki hun ne ajj naviyan i think ajj to 10-12 ਸਾਲ ਪਹਿਲੇ ਤੋਂ ਵਿਦ ਵੇਰੀਅਸ ਸ਼ੋਜ਼ ਟੀਵੀ ਦੇ थ्रू ਸੋਸ਼ਲ ਮੀਡੀਆ ਦੇ थ्रू ਇਹ ਗੱਲਾਂ ਹੋ ਰਹੀਆਂ ਸੋ ਆਈ ਥਿੰਕ ਜਦੋਂ ਤੁਸੀਂ ਪੇਰੈਂਟ ਬਣਦੇ ਹੋ ਨਾ ਦਿਸ ਇਜ਼ ਸਮਥਿੰਗ ਯੂ ਸ਼ੁਡ ਸਟਾਰਟ ਗੈਟਿੰਗ ਪ੍ਰਪੇਅਰਡ ਫੋਰ ਕਿ ਇੱਕ ਟਾਈਮ ਆਣਾ ਹੈ ਕਿ ਜਦੋਂ ਆਈ ਵਾਂਟ ਕਿ ਮੇਰਾ ਬੱਚਾ ਮੇਰਾ ਨਜ਼ਰੀਆ ਵੀ ਸੁਨੇ ਵਾਟ ਆਈ ਥਿੰਕ ਅਬਾਊਟ ਇਟ ਕਿ ਕਿਉਂ ਕਿ ਉਹਨੇ ਦੁਨੀਆ ਦਾ ਦੁਨੀਆ ਦਾ ਤੇ ਨਜ਼ਰੀਆ ਸੁਣਨਾ ਹੀ ਹੈ ਟੀਚਰਸ ਦਾ ਵੀ ਸੁਣਨਾ ਹੈ ਫਰੈਂਡਸ ਦਾ ਵੀ ਸੁਣਨਾ ਹੈ ਫਰੈਂਡਸ ਦੇ ਪੇਰੈਂਟਸ ਦਾ ਵੀ ਸੁਣਨਾ ਹੈ ਤੇ ਮੇਰਾ ਨਜ਼ਰੀਆ ਵੀ ਸੁਣਨਾ ਚਾਹੀਦਾ ਐਂਡ ਆਈ ਸ਼ੁੱਡ ਕਿਉਂਕਿ ਮੈਂ ਉਹਦੀ ਅਪ ਬ੍ਰਿੰਗਿੰਗ ਚ ਇੰਨੀ ਮਿਹਨਤ ਕਰੀ ਆਈ ਸ਼ੁੱਡ ਹੈਵ ਫਰਸਟ ਰਾਈਟ ਕਿ ਮੈਂ ਆਪਣਾ ਨਜ਼ਰੀਆ ਉਹਨੂੰ ਦੱਸਾਂ ਔਰ ਉਹਨੂੰ ਐਜੂਕੇਟ ਕਰਾਤਾ ਕਿ ਉਹ ਜੇ ਕਿਸੇ ਪ੍ਰੋਬਲਮ ਚ ਹੈ ਉਹ ਮੇਰੇ ਨਾਲ ਆ ਕੇ ਖੁੱਲ ਕੇ ਗੱਲ ਕਰ ਸਕੇ ਹੁਣ ਇੰਨੇ ਸਾਰੇ ਜਿਹੜੇ ਕਿੰਨੇ ਸਾਰੇ ਬੱਚੇ ਵੱਡੀ ਐਜ ਚ ਜਾ ਕੇ ਦੱਸਦੇ ਆ ਕਿ ਦੇ ਵਰ um uh, victim of sexual assault by a close family member or a, a close family friend oh kyun hunda kyunki bachche apne parents nal jadon first attempt hui si na they couldn't talk jadon gall hi koi communication hai nahi koi speak oh gall nahi kar sake jadon gall nahi kar sake te oh fir complicate hundiyan gayian aur oh aur je hoyegi bhi je kise nu parent nu pata vi lagga ohna ne us cheez nu dabaan di koshish kiti hai kyunki फैमिली दी इज्जत रिश्तेदारी एंड 20 अदर थिंग्स राइट सो व्हेन आई सॉ दीस थिंग्स द मेनू ऐसे की अरे जे मैं अपने बच्चे दे अस हमेशा कहना ना अस कनाडा क्यों आए अस बच्चा करके आए तूसी 10 जो 10 लोकां नु पूछोगे तूसी कनाडा क्यों आए तूसी कहते जे अस बच्चा दे फ्यूचर वास्ते आए हां सो इफ दैट इज सो इंपॉर्टेंट ते एते बड़ा एक बेसिक पार्ट है लाइफ दा ਐਨ ਆਈ ਡੋਨਟ ਥਿੰਕ ਕੋਈ ਐਸਾ ਪੇਰੈਂਟ ਹੈ ਜਿਨੂੰ ਉਹਦੇ ਬੱਚੇ ਨੇ ਅਜ ਤੱਕ ਇਹ ਨਾ ਪੁੱਛਿਆ ਕਿ ਮੈਂ ਦੁਨੀਆਂ 'ਚ ਕਿਵੇਂ ਆਇਆ ਸੋ ਥਿਸ ਇਜ਼ ਹਾਊ ਆਈ ਸਟਾਰਟਿਡ 3 ਸਾਲ ਦੀ ਉਮਰ ਦੇ ਵਿੱਚ ਆਪਣੇ ਬੇਟੇ ਨਾਲ ਮੈਂ ਡਿਸਕਸ਼ਨ ਸ਼ੁਰੂ ਕੀਤੀ ਔਰ ਇਟਸ ਗoing ਵੈਲ ਰਾਈਟ ਨਾਓ ਤੇ ਚੇਤਨਾ ਰਣਦੀਪ ਫੁੱਡਾ ਦਾ ਇੱਕ ਕਮੈਂਟ ਹੈ ਕਹਿੰਦੇ ਸੈਕਸ਼ੂਅਲ ਹਰਾਸਮੈਂਟ ਜਾਂ ਇਦਾਂ ਦੀ ਤਾਂ ਗੱਲ ਦੂਰ ਛੱਡੋ ਅਸੀਂ ਤੇ ਆਪਣੇ ਪੇਰੈਂਟਸ ਨਾਲ ਇਹ ਨਹੀਂ ਗੱਲ ਕਰ ਸਕਦੇ ਅਜੇ ਤੱਕ ਵੀ ਆਪਣੇ ਬਾਇਫਰੈਂਡ ਬਾਰੇ ਜਾਂ ਗਰਲਫਰੈਂਡ ਬਾਰੇ ਆਈ ਥਿੰਕ ਇਹ ਬੜੀ ਮੇਜਰ ਪ੍ਰੋਬਲਮ ਹੈ ਸਾਡੀ ਕਮਿਊਨਿਟੀ ਦੇ ਵਿੱਚ ਇਟਸ ਇਟਸ ਮਤਲਬ ਇਟਸ ਵਰਥ ਲਾਫਿੰਗ ਨਾਓ ਬਟ ਜਦੋਂ ਮੈਂ ਆਪਣੇ ਪੇਰੈਂਟਸ ਨੂੰ ਦੱਸਿਆ ਸੀ ਥੈਟ ਆਈ ਐਮ ਸੀਇੰਗ ਸਮਬਡੀ ਵੀ ਮੈਂ ਉਹਨਾਂ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਤੇ ਮੇਰੀ ਵੀ ਹਿੰਮਤ ਥੋੜੀ ਸੀ ਮੈਂ ਚਿੱਠੀ ਲਿਖ ਕੇ ਉਹ ਕਿਧਰੇ ਟ੍ਰਿਪ ਤੇ ਜਾ ਰਹੇ ਸੀ ਉਹਨਾਂ ਦੇ ਬੈਗ ਚ ਫਾਈ ਸੀ ਸੋ ਫਿਰ ਉੱਥੇ ਉਹਨਾਂ ਦਾ ਟ੍ਰਿਪ ਤੇ ਕੀ ਹੋਣਾ ਸੀ ਆ ਕੇ ਆਫ ਕੋਰਸ देयर इज अ ਮਤਲਬ ਜਿਹੜਾ ਇੰਡੀਅਨ ਮੈਲੋ ਡਰਾਮਾ ਹੋਣਾ ਉਹ ਤੇ ਹੋਇਆ ਹੀ ਸੀ ਸਾਡੇ ਘਰ ਬਟ جے ਅਸੀਂ ਨਹੀਂ ਕਰ ਪਾਏ ਆਪਣੇ ਪੇਰੈਂਟਸ ਨਾਲ ਗੱਲ ਤਾਂ ਮਤਲਬ ਇਹ ਥੋੜੀ ਵੀ ਅਸੀਂ ਅੱਗੇ ਨਹੀਂ ਕਰਾਂਗੇ ਹਮਮ ਠੀਕ ਹੈ ਜੇ ਅੱਜ ਤੋਂ 15 ਸਾਲ ਪਹਿਲੇ ਮੈਂ ਮੇਰੀ ਮਦਰ ਨੂੰ ਆਪਣੇ ਬੁਆਏਫ੍ਰੈਂਡ ਬਾਰੇ ਨਹੀਂ ਦੱਸ ਸਕੀ ਤਾਂ ਮਤਲਬ ਇਹ ਥੋੜੀ ਕਿ ਅੱਜ ਮੇਰਾ 10 ਸਾਲ ਦਾ ਬੇਟਾ ਜੇ ਉਹਦਾ ਕਲਾਸ 'ਚ ਕਿਸੇ ਤੇ ਕ੍ਰਸ਼ ਹੋਵੇ ਮੈਂ ਨਾਲ ਗੱਲ ਨਹੀਂ ਕਰ ਸਕਦਾ ਹਮਮ ਸੋ ਵੀ ਹੈਵ ਟੂ ਚੇਂਜ ਦ ਡਾਇਨਾਮਿਕਲੀ ਇਹਦਾ ਦੀ ਚੀਜ਼ ਹੈ ਕਿ ਸਾਨੂੰ ਇਹ ਕੌਨਸ਼ੀਅਸ ਐਫਰਟ ਨਾਲ ਹਮਮ ਇਸ ਬਲੌਕ ਨੂੰ ਤੋੜਨਾ ਪੈਣਾ ਬਿਲਕੁਲ ਬਿਲਕੁਲ ਨਹੀਂ ਤੇ ਫਿਰ ਜੋ ਕੁਝ ਹੋਣਾ ਫਿਰ ਉਹ ਹੀ ਹੋਣਾ ਜੋ ਆਪਾਂ ਦੇਖ ਰਹੇ ਹਾਂ ਬਿਲਕੁਲ ਬਿਲਕੁਲ ਦੇਖੋ ਮੇਰੀ ਮਦਰ ਨੇ ਕਦੀ ਜੌਬ ਨਹੀਂ ਕੀਤੀ ਪਰ ਮੈਂ ਕਰ ਰਹੀ ਹਾਂ ਨਾ ਜੌਬ ਵੀ ਕਰ ਰਹੀ ਆ ਘਰ ਵੀ ਦੇਖ ਰਹੀ ਆ ਮੇਰੇ ਫਾਦਰ ਨੇ ਕਦੀ ਘਰ ਗਲਾਸ ਕੱਪ ਵੀ ਨਹੀਂ ਚੁੱਕ ਕੇ ਆਪਣਾ ਪਾਣੀ ਧਾਪ ਪੀਤਾ ਨਾ ਤੇ ਮੇਰੇ ਹਸਬੰਡ ਘਰ ਦਾ ਸਾਰਾ ਕੰਮ ਕਰਦੇ ਆ ਤੇ ਪਰ ਇਹ ਕਾਰਗੂਮੈਂਟ ਇਹਦੇ ਬਾਰੇ ਦਿੱਤੀ ਜਾਂਦੀ ਆ ਕਿ ਜੀ ਇਹ ਗੱਲਾਂ ਤਾਂ ਨਹੀਂ ਸਾਡੇ ਕਲਚਰ ਤਾਂ ਸਾਡੇ ਤਾਂ 25 ਸਾਲ ਤੋਂ ਪਹਿਲਾਂ ਸੋਚਦੇ ਹੀ ਨਹੀਂ ਸੀ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਬੱਚਿਆਂ ਨੂੰ ਬੱਚਿਆਂ ਨੂੰ ਜੇ ਤੁਸੀਂ ਜਿੰਨਾ ਐਕਸਪੋਜ਼ ਐਕਸਪੋਜ਼ਰ ਦਵੋਗੇ ਜਿੰਨਾ ਦੱਸੋਗੇ ਉਹਨਾਂ ਜ਼ਿਆਦਾ ਹੀ ਇਹ ਚੀਜ਼ਾਂ ਜਿਹੜੀਆਂ ਵਾਧੀਆਂ ਨੇ ਅ ਸ਼ਮਿਲ ਜੀ ਮੈਂ ਅੱਗੇ there is a word called age appropriate ਤੁਸੀਂ ਆਫ ਕੌਰਸ 3 ਸਾਲ ਦੇ ਬੱਚੇ ਨੂੰ ਅ ਤੁਸੀਂ ਡਿਫਰੈਂਟ ਤਰੀਕੇ ਨਾਲ ਗੱਲ ਕਰੋਗੇ 10 ਸਾਲ ਦੇ ਬੱਚੇ ਨਾਲ ਤੁਸੀਂ ਡਿਫਰੈਂਟ ਤਰੀਕੇ ਨਾਲ ਗੱਲ ਕਰੋਗੇ 15 ਸਾਲ ਦੇ ਬੱਚੇ ਨਾਲ ਡਿਫਰੈਂਟ ਤਰੀਕੇ ਨਾਲ ਗੱਲ ਕਰੋਗੇ ਔਰ ਆਪਣੀ ਅੱਖਾਂ ਖੁੱਲ੍ਹੀ ਰੱਖ ਕੇ ਕਿ ਸੋਸਾਇਟੀ 'ਚ ਕੀ ਹੋ ਰਿਹਾ ਉਹਦੇ ਫਰੈਂਡਸ ਦੇ ਵਿੱਚ ਕੀ ਹੋ ਰਿਹਾ ਮੈਂ ਤੁਹਾਨੂੰ ਕਹਿੰਦਾ ਸਿੰਪਲ ਜੀ ਚੀਜ਼ ਹੈ onterio.ca ਤੇ ਜਾਓ ਉੱਥੇ ਐਜੂਕੇਸ਼ਨ ਆਨਟੇਰੀਓ ਦੀ ਵੈਬਸਾਈਟ ਹੈ ਉੱਥੇ ਜਾ ਕੇ ਉਹਨਾਂ ਨੇ ਡਿਟੇਲ ਦੇ ਵਿੱਚ ਲਿਖਿਆ ਹੈਲਥ ਐਂਡ ਮੈਂਟਲ ਮੈਂਟਲ ਹੈਲਥ ਐਂਡ ਫਿਜ਼ੀਕਲ ਹੈਲਥ ਦਾ ਕਰਿਕੂਲਮ ਪੂਰਾ ਦਿੱਤਾ ਹੋਇਆ ਹੈ ਜਿਦੇ ਵਿੱਚ ਉਹ ਦੱਸਦੇ ਆ ਵੀ ਗ੍ਰੇਡ 1 ਦੇ ਵਿੱਚ ਬੱਚੇ ਨਾਲ ਤੁਸੀਂ ਕਹਿਤ ਰਹੇ ਹੋ ਸੈਕਸ এডੂਕੇਸ਼ਨ ਬਟ ਵਾਟ ਆਰ ਦੇ ਟਾਕਿੰਗ ਅਬਾਊਟ ਗ੍ਰੇਡ 1 ਦੇ ਵਿੱਚ ਉਹ ਥੋੜੀ ਇੰਪੋਰਨੋਗ੍ਰਾਫੀ ਦੀ ਗੱਲ ਕਰ ਰਿਹਾ ਹੈ ਗ੍ਰੇਡ 1 ਦੇ ਵਿੱਚ ਉਹ ਗੱਲ ਕਰ ਰਿਹਾ ਹੈ ਬਾਡੀ ਪਾਰਟਸ ਦੇ ਬਾਰੇ ਗ੍ਰੇਡ 1 ਦੇ ਵਿੱਚ ਉਹ ਗੱਲ ਕਰ ਰਿਹਾ ਹੈ ਕਿ ਆਪਣਾ ਹਾਈਜੀਨ ਕਿਸ ਤਰ੍ਹਾਂ ਰੱਖਣਾ ਹੈ ਗ੍ਰੇਡ 1 ਜੋ ਗੱਲ ਕਰ ਰਿਹਾ ਹੈ ਕੰਫਰਟ অর ਡਿਸਕੰਫਰਟ ਦੀ ਗੱਲ ਕਰ ਰਿਹਾ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਇੱਕ 3 ਸਾਲ ਦੇ ਬੱਚੇ ਨੂੰ ਇਹ ਦੱਸਣਾ ਕਿ ਤੇਰੇ ਸਰੀਰ ਦੇ ਇਹ ਹਿੱਸੇ ਦਾ ਕੀ ਨਾਮ ਹੈ ਉਹ ਕੋਈ ਗਲਤ ਗੱਲ ਹੈ ਜਾਂ ਜੇ ਤੂੰ ਨਹੀਂ ਕੰਫਰਟੇਬਲ ਹੈ ਕਿਸੇ ਅਡਲਟ ਦੀ ਕੰਪਨੀ 'ਚ ਮੈਨੂੰ ਦੱਸਣਾ ਉਹ ਕੋਈ ਗਲਤ ਗੱਲ ਹੈ ਆਈ ਡੋਨਟ ਥਿੰਕ ਦੈਟਸ ਅ ਰੌਂਗ ਮਤਲਬ 3 ਸਾਲ ਦੇ ਬੱਚੇ ਨੂੰ ਇਹ ਨਾ ਤੇ ਸਮਝ ਆਏਗਾ ਬਟ ਜੇ ਤੁਸੀਂ ਉਹੀ ਅਨਟੈਰੀਓ ਕਰਿਕੂਲਮ ਦੇਖੋ ਗ੍ਰੇਡ 6 ਅ ਸੈਵਨ ਦੇ ਵਿੱਚ ਦੇ ਆਰ ਟਾਕਿੰਗ ਅਬਾਊਟ ਐਲਕੋਹਲ ਅਬਿਊਜ਼ ਐਂਡ ਪੋਰਨੋਗ੍ਰਾਫੀ ਜੋ ਕਿ ਬੜਾ ਇੰਪੋਰਟੈਂਟ ਹੈ ਤੁਸੀਂ ਅੱਜ ਕੋਈ ਵੀ ਸਟ੍ਰੀਮਿੰਗ ਪਲੈਟਫਾਰਮਸ ਦੇ ਉੱਤੇ ਦੇਖ ਲਓ ਠੀਕ ਹੈ ਉਮ ਜਿਓ ਦੇਤੇ ਕੋਈ ਗੈਪ ਨਹੀਂ ਹੈਗਾ ਆਈ ਥਿੰਕ ਜਿਹੜੇ ਬੜੇ ਪਪੂਲਰ ਸ਼ੋਜ਼ ਹੈ ਅੱਜਕੱਲ ਦੇ ਆਰ ਇਨ ਅ ਵੇ ਸੌਫਟ ਪੌਨ ਹੈ ਨਾ ਤੇ ਤੁਸੀਂ ਔਰ ਤੁਸੀਂ 12 ਸਾਲ ਤੋਂ ਬਾਅਦ ਤੁਸੀਂ ਆਪਣੇ ਬੱਚੇ ਨੂੰ ਘਰ ਕੱਲਾ ਛੱਡ ਸਕਦੇ ਹੋ ਬਾਇ ਲਾ ਤੁਸੀਂ ਉਹਨੂੰ ਹੋਮ ਅਲੋਨ ਦਾ ਕੋਰਸ ਕਰਾ ਕੇ ਜੋ ਤੁਸੀਂ ਕਰ ਨਹੀਂ ਹੈਗੇ ਯੂ نو ਕਿ ਬੱਚੇ ਟੀਵੀ ਦੇ ਵਿੱਚ ਹਰ ਤਰ੍ਹਾਂ ਦੀ ਚੀਜ਼ ਦੇਖੇਗਾ ਸੋ ਸੋ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਆਪਾਂ ਹੁਣ ਜਿਸ ਦੌਰ ਚ ਰਹਿ ਰਹੇ ਹਾਂ ਜੀ ਬਿਲਕੁਲ ਇਹਦੇ ਚ ਸਾਰੀਆਂ ਚੀਜ਼ਾਂ ਅਵੇਲੇਬਲ ਨੇ ਇੰਟਰਨੈਟ ਦੇ ਥਰੂ ਹੋਰ ਵਾਲੇ ਦੁਆਲੇ ਦੇ ਥਰੂ ਸਾਡਾ ਜਿਹੜਾ ਸੋ ਕਾਲਡ ਐਂਟਰਟੇਨਮੈਂਟ ਵਰਲਡ ਹੈ ਮੀਡੀਆ ਉਹਦੇ ਥਰੂ ਇਦੇ ਚ ਚੀਜ਼ਾਂ ਨੂੰ ਫੇਸ ਕਰਨਾ ਪਊਗਾ ਬਿਲਕੁਲ ਬਿਲਕੁਲ ਇਦੇ ਚ ਸਪਰਦੇ ਪਾ ਕੇ ਬਚਾ ਨਹੀਂ ਹੋ ਸਕਦਾ ਹਾਂ ਇਨਫੈਕਟ ਜੇ ਅਸੀਂ ਸੋਚਦੇ ਆ ਨਾ ਕਿ ਅਸੀਂ ਇਹਨੂੰ ਅੱਖਾਂ ਮੀਟ ਕੇ ਇਹਨੂੰ ਇਗਨੋਰ ਕਰ ਲਾਂਗੇ ਫਿਰ ਸਾਡੇ ਬੱਚੇ ਨੂੰ ਨੌਲੇਜ ਉੱਥੋਂ ਮਿਲੇਗੀ ਜਿੱਥੋਂ ਨਹੀਂ ਮਿਲਣੀ ਚਾਹੀਦੀ ਔਰ that is one reason ਕਿ ਬੇਪਿਛਿਕ ਸਟੱਡੀ ਪੜ੍ਹ ਰਹੀ ਸੀ ਕਿ ਜਿਹੜੇ ਹੁਣ ਜਨ Z ਹੈ ਉਹਨਾਂ ਦੇ ਵਿੱਚ there is a section which is really getting addicted to pornography in a big way aur unna di expectations apne partners nal oh jehdi hai ki realistic hi nahi hai life de vich hai na so uh, i think oh ethu tak kiven pahunche kyunki jadon oh bachcha 9 saal da si 10 saal da si 11 saal da si assi ohde naal gal hi nahi kiti ki what is healthy what is not healthy वैसे भी देखो जेड़ा ਸਾਡੇ ਪ੍ਰਾਣੀ ਅਸੀਂ ਕਹਿੰਦੇ ਤਾਂ ਹੈ ਵੀ ਅਸੀਂ ਟ੍ਰੈਡੀਸ਼ਨਲ ਹੈ ਇਹ ਸਾਡੇ ਪਤਾ ਨਹੀਂ ਵਿਚਾਲੇ ਕੋਈ ਫੇਜ਼ ਆਇਆ ਪਰ ਜੇ ਅਸੀਂ ਆਪਣੇ ਬਹੁਤ ਐਂਸ਼ੀਐਂਟ ਪਾਸਟ ਵਿੱਚ ਜਾਈਏ ਹਾਂਜੀ ਸਾਡੇ ਜਿਹੜੀਆਂ ਰਿਲੀਜੀਅਸ ਕਹਾਣੀਆਂ ਨੇ ਜਿਹੜੀ ਮਾਇਥੋਲੋਜੀ ਅਸੀਂ ਜਿਸ ਨੂੰ ਕਹਿੰਦੇ ਆ ਜਾਂ ਹੋਰ ਜਿਹੜੀਆਂ ਟੈਕਸਟ ਨੇ ਹਾਂਜੀ ਉਹਦੇ ਚ ਇਹਨਾਂ ਚੀਜ਼ਾਂ ਬਾਰੇ ਗੱਲ ਕਰਨ ਵੇਲੇ ਕੋਈ ਚੀਜ਼ ਨਹੀਂ ਸੀ ਬਿਲਕੁਲ ਵੀ ਨਹੀਂ ਸੀ ਬਿਲਕੁਲ ਨਹੀਂ ਸੀ ਮਤਲਬ ਅਸੀਂ ਹੀ ਇਹ ਜਿਹੜਾ ਮੇਰੇ ਖਿਆਲ ਆ ਕੋਈ ਵਿਚ ਵਿਚਾਲੇ ਜੇ ਫੇਜ਼ ਆਇਆ ਜਿਹੜੇ ਜਿਹੜਾ ਮਿੱਡੀ ਵਿਲੇजेस ਆਈਆਂ ਤੇ ਉਹਦੇ ਚ ਜਦੋਂ ਅਸੀਂ ਇਹਦੇ ਬਾਰੇ ਇਸ ਤਰ੍ਹਾਂ ਦੇ ਬਣਾ ਲਏ ਕਿਦੇ ਬਾਰੇ ਗੱਲ ਨਹੀਂ ਕਰਨੀ ਹੈ ਹਾਂਜੀ 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 ਜੋੜ ਲਿਆ ਸ਼ਾਇਦ ਉਹਦਾ ਹੀ ਨਤੀਜਾ ਹੈ ਕਿ ਹੁਣ ਐਡੀ ਵੱਡੀ ਚੀਜ਼ ਬਣੀ ਹੋਈ ਹੈ ਹਾਂ ਆਈ ਥਿੰਕ ਹਰ ਜਿੱਤੋਂ ਤੱਕ ਮੇਰੀ ਅੰਡਰਸਟੈਂਡਿੰਗ ਹੈ ਹਰ ਰਿਲੀਜੀਅਨ ਦੇ ਵਿੱਚ ਹਾਵਿੰਗ ਅ ਰਿਲੇਸ਼ਨਸ਼ਿਪ ਬੀਂਗ ਅ ਕਪਲ ਉਹਨੂੰ ਇੱਕ ਬੜਾ ਹੀ ਪਵਿੱਤਰ ਦਰਜਾ ਦਿੱਤਾ ਹੋਇਆ ਹੈ ਹੈਨਾ ਇੱਕ ਤੁਸੀਂ ਐਂਡ ਐਂਡ ਦੇਰ ਆਰ ਮੈਨੀ ਰਿਲੀਜੀਅਨ ਜਿਹੜੇ ਹੋਮੋਸੈਕਸ਼ੁਅਲਿਟੀ ਬਾਰੇ ਵੀ ਬਹੁਤ ਅੱਛੇ ਤਰੀਕੇ ਨਾਲ ਗੱਲ ਕਰਦੇ ਆ ਉਹਨੂੰ ਐਡਰੈਸ ਕਰਦੇ ਆ ਇਹ ਤੇ ਮੈਨੂੰ ਇੰਜ ਲੱਗਦਾ ਹੈ ਕਿ ਜਦੋਂ ਸਾਡੇ ਸੱਟ ਤੋਂ ਕੁਝ ਜਨਰੇਸ਼ਨਸ ਪਹਿਲੇ ਉਹਨਾਂ ਤੇ ਆ ਗਿਆ ਨਾ ਵੀ ਉਹ ਟੈਕਸਟ ਨੂੰ ਕਿਵੇਂ ਟਰਾਂਸਲੇਟ ਕਰਨਾ ਹੈ ਤੇ ਉਹਨਾਂ ਨੇ ਆਪਣੀ ਪਰਸਨਲ ਪ੍ਰੀਫਰੈਂਸਸ ਦੇ ਹਿਸਾਬ ਨਾਲ ਆਪਣੀ ਪਰਸਨਲ ਸੋਚ ਦੇ ਹਿਸਾਬ ਨਾਲ ਉਹਨਾਂ ਟੈਕਸਟ ਨੂੰ ਟਰਾਂਸਲੇਟ ਕਰਕੇ ਸਾਨੂੰ ਉਹ ਦਿੱਤਾ ਜੋ ਅਸੀਂ ਅੱਜ ਦੇਖ ਰਹੇ ਹਾਂ ਸੋ ਸੋ ਮਤਲਬ ਗੱਲ ਇੰਨੀ ਕਿਤੇ ਕਹੀ ਜਾ ਸਕਦੀ ਜਿਹੜੀ ਚੀਜ਼ ਬਾਰੇ ਜਿੰਨਾ ਗੁਰੇਜ ਕੀਤਾ ਜਾਂਦਾ ਜਿੰਨਾ ਉਸਤੇ ਪਰਦਾ ਪਾਇਆ ਜਾਂਦਾ ਜਿੰਨਾ ਉਹਦੇ ਆਲੇ ਦੁਆਲੇ ਇੱਕ ਮਿਸਟਰੀ ਕ੍ਰੀਏਟ ਕੀਤੀ ਜਾਂਦੀ ਹੈ ਉਨਾ ਹੀ ਜ਼ਿਆਦਾ ਤੁਸੀਂ ਉਹਨੂੰ ਅਟਰੈਕਟਿਵ ਬਣਾ ਦਿੰਦੇ ਹੋ ਬਿਲਕੁਲ 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 ਇਹ ਤੇ ਸਾਈਕੋਲੋਜੀ ਹੈ ਕਿ ਜਿਹੜੀ ਚੀਜ਼ ਤੇ ਸਾਨੂੰ ਰੋਕਿਆ ਜਾਏਗਾ ਉਹ ਚੀਜ਼ ਦੇ ਜ਼ਰੂਰ ਕਰਨ ਦਾ ਸਾਡੇ ਜੋ ਕੋਈ ਇਸ ਤਰ੍ਹਾਂ ਨਹੀਂਗਾ ਮੈਂ ਤੁਹਾਨੂੰ ਕਹਦਾ ਹੁਣੇ ਮੇਰੇ ਕੋਲ ਇਹ ਬਾਕਸ ਪਿਆ ਹੋਇਆ ਮੈਂ ਕਹਾਂ ਵੀ ਇਹ ਬਾਕਸ ਨੂੰ ਤੁਸੀਂ ਨਹੀਂ ਹੱਥ ਲਾਣਾ ਤਾਂ ਅਸੀਂ ਸਾਰੀ ਚੀਜ਼ਾਂ ਛੱਡ ਕੇ ਤੁਸੀਂ ਸਿਰਫ ਤੁਹਾਡਾ ਧਿਆਨ ਉਸ ਬਾਕਸ ਵੱਲ ਜਾਏਗਾ ਔਨ ਦਾ ਕੰਟਰੀ ਇਫ ਇਫ देयर ਮੈਂ ਤੁਹਾਨੂੰ ਕਹਾਂ ਵੀ ਇਹ ਬਾਕਸ ਹੈ ਇਹਦੇ ਵਿੱਚ ਚਾਕਲੇਟਸ ਹੈਗੀਆਂ ਚਾਕਲੇਟਸ ਤੁਹਾਡੇ ਵਾਸਤੇ ਨਹੀਂ ਵਧੀਆ ਜੇ ਤੁਹਾਨੂੰ ਪਤਾ ਹੈ ਕਿ ਇਹ ਚੀਜ਼ ਮੇਰੇ ਵਾਸਤੇ ਨਹੀਂ ਵਧੀਆ ਯੂ ਵਿਲ ਨਾਟ ਟੱਚ ਇਟ ਮੋਸਟ ਸੇਨ ਪੀਪਲ ਵਿਲ ਨਾਟ ਜੇ ਕਿਸੇ ਨੂੰ ਡਾਇਬੀਟਿਸ ਹੈ ਜਾਂ ਕਿ ਕੋਈ 슈ਗਰ ਅਵੋਇਡ ਕਰ ਰਿਹਾ ਉਹ ਕਈ ਕਦ ਵੀ ਹਾਂ ਵੀ ਇਹਦੇ ਵਿੱਚ ਆ ਅੱਛਾ ਨਾ ਕੋਈ ਹੁਣ ਜਿਵੇਂ ਮੇਰੇ ਕੋਲ ਕੁਝ ਕਮੈਂਟ ਸਵਾਲ ਆ ਰਹੇ ਇਹ ਵੀ ਬੜੇ ਇੰਪੋਰਟੈਂਟ ਨੇ ਕਿਉਂਕਿ ਇਹ ਬੜੇ ਜੈਨੂਨ ਸਵਾਲ ਨੇ ਪੈਰੈਂਟਸ ਦੇ ਤੇ ਜਿਵੇਂ ਜਤਿੰਦਰ ਪੁੱਛ ਰਹੇ ਨੇ ਕੀ ਕੈਨ ਯੂ ਸੈਟ ਵਿਦ ਯੋਰ ਚਾਈਲਡ ਐਂਡ ਵਾਚ ਅ ਮੂਵੀ ਵਿਦ ਜਿਹੜੇ ਉਸ ਤਰ੍ਹਾਂ ਦੇ ਇਸ ਤਰ੍ਹਾਂ ਦੀਆਂ ਮੂਵੀਜ਼ ਨੇ ਕਿ ਤੁਸੀਂ ਬੱਚੇ ਨਾਲ ਬਹਿ ਕੇ ਦੇਖ ਸਕਦੇ ਹੋ ਡਿਪੈਂਡਸ ਕਿ ਕਿਸ ਤਰ੍ਹਾਂ ਦੀ ਮੂਵੀ ਹੈ ਹੁਣ ਮੈਂ ਲਾਈਕ ਆਈ ਸੈਡ ਮੇਰੇ ਦੋ ਬੇਟੇ ਹੈ ਇੱਕ 6 ਸਾਲ ਦਾ ਇੱਕ 10 ਸਾਲ ਦਾ ਜੋ ਮੈਂ ਆਪਣੇ 10 ਸਾਲ ਦੇ ਬੇਟੇ ਨਾਲ ਬੈਠ ਕੇ ਦੇਖ ਸਕਦੀ ਆ ਮੈਂ 6 ਸਾਲ ਦੇ ਬੇਟੇ ਨਾਲ ਨਹੀਂ ਬੈਠ ਕੇ ਦੇਖ ਸਕਦੀ ਆ ਬਿਕਾਜ਼ ਆਈ ਡੋਨਟ ਵਾਂਟ ਕਿ ਉਹਦੇ ਦਿਮਾਗ ਦੇ ਵਿੱਚ ਫੈਂਟਸ ਹੀ 스타ਟਸ ਫੈਂਟਸਾਈਜ਼ਿੰਗ ਐਟ ਦੀ ਏਜ ਆਫ 6 ਜਿਹਦੀ ਉਹਨੂੰ ਸਮਝ ਨਹੀਂ ਆ ਹੈ ਨਾ ਬਟ ਇੱਕ ਜਨਰਲ ਅਫੈਕਸ਼ਨ ਮੈਂ ਹਮੇਸ਼ਾ ਕਹਿੰਨੀ ਆ ਦਿਸ ਇਜ਼ ਦਿਸ ਇਜ਼ ਮਾਈ ਪਰਸਨਲ ਬਲੀਫ ਬੀ ਮਾਪੇ ਉਹ ਬੱਚਿਆਂ ਦੇ ਸਾਹਮਣੇ ਲੜਨ ਵੇਲੇ ਤੇ ਦੋ ਵਾਰੀ ਵੀ ਨਹੀਂ ਸੋਚਦੇ ਪਿਆਰ ਜਤਾਨ ਵੇਲੇ ਬੜੀ ਵਾਰੀ ਸੋਚਦੇ ਆ ਠੀਕ ਹੈ ਜੇ ਤੁਹਾਨੂੰ ਇੱਕ ਦੂਸਰੇ ਤੇ ਪਿਆਰ ਆ ਰਿਹਾ ਯੂ ਵਾਂਟ ਟੂ ਹੱਗ ਈਚ ਅਦਰ ਯੂ ਵਾਂਟ ਟੂ ਕਿੱਸ ਈਚ ਅਦਰ ਉਹ ਤੁਸੀਂ ਤੁਹਾਨੂੰ ਸ਼ਰਮ ਆਉਂਦੀ ਆ ਬੱਚਿਆਂ ਸਾਹਮਣੇ ਕਰਨ ਨੂੰ ਤੇ ਇੱਕ ਦੂਜੇ ਦੀ ਕੁਦ ਇੱਕ ਦੂਜੇ ਦੇ ਵਾਲ ਪਟਣ ਚ ਨਹੀਂ ਆਉਂਦੀ ਤੇ ਕਦੀ ਇੱਕ ਦੂਜੇ ਦੀ ਕੁੱਤਾ ਖਾਣੀ ਕਰੇ ਤੁਹਾਨੂੰ ਕੋਈ ਸ਼ਰਮ ਨਹੀਂ ਆਉਂਦੀ ਹੈ ਨਾ ਨਹੀਂ ਬਸ ਇਹ ਗੱਲ ਹੈ ਤੁਹਾਡੀ ਇੰਪੋਰਟੈਂਟ ਸਵਾਲ ਹੈ ਤੇ ਸਾਨੂੰ ਸੰਨੀ ਹੋਰੀ ਕਾਲ ਕਰ ਰਹੇ ਨੇ ਪਹਿਲਾਂ ਤੇ ਅਸੀਂ ਇਹਨਾਂ ਨੂੰ ਸੁਣਦੇ ਹਾਂ ਕਿ ਕੀ ਕਹਿ ਰਹੇ ਨੇ ਹਾਂਜੀ ਸੰਨੀ ਜੀ ਹਾਂਜੀ ਮੈਂ ਇਸ ਗੱਲ ਦੇ ਵਿੱਚ ਸਭ ਤੋਂ ਜ਼ਿਆਦਾ ਮੂਰਖ ਆਪਣੇ ਆਪ ਨੂੰ ਸਮਝਣਾ ਮੈਨੂੰ ਕੋਈ ਸਮਝ ਨਹੀਂ ਆਉਂਦੀ ਬਾਕੀ ਜਨਰਲ ਪੜਾਈ ਦਾ ਹਾਈਟ ਬਹੁਤ ਜ਼ਿਆਦਾ ਕੀਤੀ ਹੈ ਮੈਂ ਦੁਨੀਆ ਵੀ ਘੁੰਮੀ ਹੈ ساری ਯੂਰਪ ਜਿਹੜਾ ਹੈ ਉਹ ਹੋ ਗਿਆ ਜਾਪਾਨ ਤੋ ਲੈ ਕੇ ਦੇਠੋ ਤੱਕ ਮੈਂ ਨਾ ਕਿ ਉਹਨੇ ਕਹਿਆ ਨਾ ਮਾਂਬਾਦੀ ਕਈਆਂ ਨੂੰ ਚੰਗੇਰੇ ਮੈਡਮ ਜਿਹੜੇ ਨੇ ਉਹਨਾਂ ਵਾਸਤੇ ਕਿਉਂਕਿ ਉਹ ਸਹਿਦਾ ਪੰਜਾਬੀ ਨਹੀਂ ਦੂੰਗੀ ਨਾ ਜਾਣ ਜੋ ਮੈਨੂੰ ਵਾਟ ਇਜ਼ ਗੁੱਡ ਫਰ ਗੀਜ਼ ਮੇ ਨਾਟ ਬੀ ਗੁੱਡ ਫਰ ਗੈਂਡਰ ਦੇ ਹਾਰ ਜਿਹੜਾ ਸਾਡਾ ਦੇਰ ਆਰ ਕਲਚਰਸ ਸਾਡੇ ਕਲਚਰ ਦੀ 100% ਜੀ ਅਡਾਪਟੇਸ਼ਨ ਇਹਨਾਂ ਨੇ ਨਹੀਂ ਲਈ ਸਾਡੇ ਕਲਚਰ ਦੇ ਵਿੱਚ ਕੁਝ ਗੱਲਾਂ ਚੰਗੀਆਂ ਸਨ ਯੋਗਾ ਸੀ ਇਹਨਾਂ ਨੇ ਲੈ ਲਿਆ ਨਮਸਤੇ ਆਖਣਾ ਥੋੜਾ ਜਿਹਾ ਸਿੱਖ ਲਿਆ ਅਸਾਂ ਵੀ ਇਹਨਾਂ ਦੀਆਂ ਜਿਹੜੀਆਂ ਚੰਗੀਆਂ ਗੱਲਾਂ ਨੇ ਉਹ ਲੈ ਲਈਆਂ ਜਿੱਦਾਂ ਚ ਅਸੀਂ ਕੰਫਰਟੇਬਲ ਫੀਲ ਕੀਤਾ ਤੇ ਸਾਡਾ ਮੈਂਟਲ ਜਿਹੜਾ ਫਰੇਮਵਰਕ ਹੈ ਉਹਦੇ ਵਿੱਚ ਰਹਿੰਦਿਆਂ ਹੋਇਆਂ ਸਾਡੀ ਫੈਮਿਲੀ ਦਾ ਸਾਡਾ ਪੀਸ ਇਸੇ ਗੱਲ ਦੇ ਵਿੱਚ ਜਿੱਕਰ ਅਸੀਂ ਆਪਣਾ ਖਾਣਾ ਖਾਂਦੇ ਆ ਰਹੇ ਹਾਂ ਅਸੀਂ ਉਹੀ ਖਾਂਦੇ ਆ ਇਸ ਕਰਨਾਂ ਦੇ ਵਿੱਚ ਵੀ ਆ ਕੇ ਅਸੀਂ ਮਤਲਬ ਥੋੜਾ ਜਿਹਾ ਚੱਖਿਆ-ਚੱਖਿਆ ਹੈ ਲੇਕਿਨ ਮੁਕੰਮਲ ਸਾਨੂੰ ਉਹ ਸੁਆਦ ਨਹੀਂ ਆਇਆ ਅਸੀਂ ਅੱਜ ਵੀ ਉਹੀ ਖਾਣਾ ਖਾਂਦੇ ਆ ਤੇ ਇਸੇ ਤਰ੍ਹਾਂ ਜਿਹੜੇ ਸਾਡੇ ਰਹਿਤਲੇ ਰਹਿਣ ਦਾ ਤਰੀਕਾ ਹੈ ਮਾਪਿਓ ਜਿਹੜਾ ਚਿਲड्रन ਨੂੰ ਜਿਹੜਾ ਬ੍ਰਿੰਗਿੰਗ ਅਪ ਉਹ ਜਿਸ ਵੇਲੇ ਅਸੀਂ ਕਰਨੇ ਆ ਤੇ ਸੱਚੀ ਇਹ ਨਹੀਂ ਹੋਣ ਇਥੇ ਕਰਨਾ ਆ ਗਿਆ ਜੋ ਅਸੀਂ ਵੇਨੇ ਆ ਮੇਰਾ ਗਵੰਢੀ ਕਰਦਾ ਉਹਦਾ ਹੋਰ ਹਸਾਬ ਕਿਤਾਬ ਹੁੰਦਾ ਸ਼ਾਇਦ ਉਹਨਾਂ ਨੇ ਕਲਚਰ ਉਹਨਾਂ ਦਾ ਫਰੇਮਵਰਕ ਉਹਦਾ ਥਾਰ ਜਿਹੜਾ ਹੋਰ ਹੋਵੇਗਾ ਸਾਨੂੰ ਮੈਂ ਸਮਝਣਾ ਹੈ ਜਿਹੜੀ ਗੱਲ ਹੈ ਜ਼ਰੂਰੀ ਜਿਹੜੀਆਂ ਗੱਲਾਂ ਨੇ ਉਹ ਤੇ ਘਰ ਦੇ ਵਿੱਚ ਉੰਜੀ ਮੋਟਾ ਮੋਟਾ ਪਤਾ ਲੱਗ ਜਾਂਦਾ ਧੀ ਨੂੰ ਵੀ ਪੁੱਤਰ ਨੂੰ ਵੀ ਮਾਪਿਆਂ ਨੂੰ ਅਸ ਯੋਥਰੇ ਫੈਮਲੀਆਂ ਵੀ ਮੈਂ ਵੇਖੀਆਂ ਨੇ ਜਿਹੜੀਆਂ ਪਰਜੇ ਬੱਚਿਆਂ ਨੂੰ ਜੇ ਹੁਣ ਕਿਉਂਕਿ ਚੱਕਰ ਆਪਣਾ ਸੰਨੀ ਜੀ ਹੈ ਕਿ ਆਲੇ ਦੁਆਲੇ ਤੋਂ ਉਹਨਾਂ ਨੇ ਸਾਰਾ ਖੁਸ਼ੀ ਸੁਣਨਾ ਤੇ ਉਸ ਸਾਰੀ ਸਿਚੁਏਸ਼ਨ ਚ ਉਹ ਗਲਤ ਇਨਫੋਰਮੇਸ਼ਨ ਨਾ ਕਿਤੋਂ ਲੈਣਾ ਤੇ ਸਹੀ ਇਨਫੋਰਮੇਸ਼ਨ ਉਹ ਉਹਨਾਂ ਨੂੰ ਸਹੀ ਥਾਂ ਤੋਂ ਮਿਲੇ ਉਹਦੇ ਵਾਸਤੇ ਆਪਾਂ ਨੂੰ ਕੋਈ ਤੇ ਸਟ੍ਰੈਟੇਜੀ ਬਣਾਉਣੀ ਪੈਗੀ ਫੇਰ ਜੇ ਸਾਰਾ ਉਹਨਾਂ ਸੁਣ ਲਿਆ ਤੇ ਉਹਨਾਂ ਨੂੰ ਆਲਰੇਡੀ ਪਤਾ ਹੈ ਕਿ ਚੰਗ ਕੀਏ ਤੇ ਮਾੜ ਕੀਏ ਮੇਰੇ ਉਹਨੇ ਚੰਗੇ ਆਖਣ ਦੇ ਉੱਤੇ ਤੇ ਮਾੜੇ ਆਖਣ ਦੇ ਮੇਰੇ ਬੱਚੇ ਨੇ ਰੁਕਣਾ ਕੋਈ ਨਹੀਂ ਮੈਂ ਆਖ ਜ਼ਰੂਰ ਛੜਾਂਗਾ ਮੇਰੇ ਬੱਚੇ ਨੇ ਆਲਰੇਡੀ ਫਿਗਰ ਆਊਟ ਕਰ ਲਿਆ ਹੈ ਆਪਣੇ ਕੋਲੀਗ ਨਾਲ ਆਪਣੇ ਟੀਚਰ ਜਾਂ ਸਕੂਲ ਦੇ ਵਿੱਚ ਉਹਨੇ ਕਰ ਲਿਆ ਮੈਂ ਮੈਥ ਪੜਾਣਾ ਜਾਂ ਮੈਨੂੰ ਨਹੀਂ ਆਉਂਦਾ ਮੈਂ ਮੇਰੀ ਘਰ ਵਾਲੀ ਨੂੰ ਨਹੀਂ ਆਉਂਦਾ ਤੇ ਬੱਚੇ ਮੇਰੇ ਨੂੰ ਪਤਾ ਹੈ ਕਿ ਉਹਨੇ ਮੈਥ ਇੰਨਾ ਪੜ ਲਿਆ ਐਸ ਤਰ੍ਹਾਂ ਪੜਨਾ ਹੈ ਉਹ ਸਕੂਲ 'ਚ ਪੜ ਕੇ ਆ ਗਿਆ ਮੈਂ ਉਹਨੂੰ ਘਰ ਆ ਕੇ ਜ਼ਰੂਰ ਦੱਸਾਂ ਕਿ ਬੱਚਾ ਜਬਰਾਂ ਐਂ ਹੁੰਦਾ ਮੈਂ ਸੂ ਦੱਸਾਂਗਾ ਹੋ ਸਕਦਾ ਗਲਤ ਦੱਸਾਂ ਨਾ ਹੋ ਸਕਦਾ ਕਿ ਚੱਜ ਪਾ ਦੇ ਆਪਾਂ ਸ਼ਾਰਟ ਕਰਨਾ ਹੋਵੇ ਤੁਸੀਂ ਇਹ ਮੰਨਦੇ ਹੋ ਕਿ ਵੀ ਸਾਡ ਨੂੰ ਇਹ ਮੁਆਫਕ ਨਹੀਂ ਹੈ ਤੇ ਸਾਨੂੰ ਅਵੋਇਡ ਕਰਨਾ ਚਾਹੀਦਾ ਸਾਹਿਬ ਜੀ ਮੈਂ ਤੇ ਸਾਰੀ ਗੱਲ ਕਰਨਾ ਖੁੱਲ ਕੇ ਚਾਹਨਾ ਮੈਂ ਤੁਹਾਨੂੰ ਦੱਸਿਆ ਉਹ ਵੀ ਇੱਥੇ ਫੈਮਲੀਆਂ ਹਨ ਜਿਹੜੀਆਂ ਬੱਚਿਆਂ ਦੇ ਸਾਹਮਣੇ ਨੰਗੀਆਂ ਨਾਹਦੀਆਂ ਨੇ ਤੇ ਮਾਪੇ ਘਰ ਦੇ ਵਿੱਚ ਉਹ ਵੀ ਫੈਮਲੀਆਂ ਹਨ ਜਿਹੜੀ ਕੱਪੜੇ ਹੀ ਨਹੀਂ ਪਾਉਂਦੇ ਅਸੀਂ ਕਿਉਂ ਪਾਣਨੇ ਆ ਫਿਰ ਅਸੀਂ ਬੱਚਿਆਂ ਨੂੰ ਕਿਉਂ ਜਿਹੜਾ ਦੱਸਨੇ ਆ ਥੋੜਾ ਜਿਹਾ ਸ਼ਰਮੋ ਹਜਾ ਜਿਹੜੀ ਹੈ ਉਹ ਜਿਹੜੇ ਨੇ ਅਡਲਟ ਹੋਣ ਉਹਨਾਂ ਦੇ ਬੱਚੇ ਥੋੜੀ ਮੈਨੂੰ ਲੱਗਦਾ ਅਸਲ ਟਾਪਿਕ ਤੋਂ ਦੂਰ ਚਲੇ ਗਏ ਬੇਸਿਕ ਤੌਰ ਤੇ ਸਿਰਫ ਇਹ ਹੋਊਗਾ ਕਿ ਸਕੂਲਾਂ 'ਚ ਤੇ ਬੱਚਿਆਂ ਨੂੰ ਹੁਣ ਇਹ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਉਹਦੇ ਬਾਰੇ ਪੈਰੈਂਟ ਬੱਚਿਆਂ ਨੇ ਪੈਰੈਂਟਸ ਨਾਲ ਗੱਲ ਤੇ ਕਰਨੀ ਹੈ ਨਾ ਜਦੋਂ ਉਹ ਬੱਚੇ ਆ ਕੇ ਸਵਾਲ ਪੁੱਛਣਗੇ ਤੁਹਾਨੂੰ ਜਵਾਬ ਤਾਂ ਦੇਣਾ ਪਊਗਾ ਦੇਖੋ ਜ਼ਰੂਰੀ ਜ਼ਰੂਰੀ ਕਾਮਨ ਸੈਂਸੇ ਸਾਡੇ ਕਲਚਰ ਦੇ ਵਿੱਚ ਸੋਨਾ ਸ਼ੁਰੂ ਤੋਂ ਬੜੀਆਂ ਚੀਜ਼ਾਂ ਅਛੀਆਂ ਆ ਰਹੀਆਂ ਨੇ ਸਾਨੂੰ ਅੰਨੇ ਵਾਜਰੀ ਤਕਲੀਦ ਉਹ ਰੂਹ ਦਾ ਇੱਕ ਲਫਜ਼ ਹੈ ਬਲਾਈਂਡਲੀ ਜਿਹੜਾ ਹੈ ਨਾ ਮਤਲਬ ਹੈ ਉਹ ਨਹੀਂ ਉਹ ਫਾਲੋ ਕਰਨਾ ਚਾਹੀਦਾ ਆਪਣੇ ਸਾਨੂੰ ਰੱਬ ਨੇ ਬੁੱਧੀ ਕਾਮਰਸਨ ਸਿਖਤੀ ਆ ਉਹਦੇ ਵਿੱਚ ਵੇਖ ਲਿਆ ਚੰਗੀ ਗੱਲ ਸਾਡੇ ਤੀ ਪੁੱਤਰ ਨੂੰ ਬੜੇ ਆਰਾਮ ਤਰੀਕੇ ਨਾਲ ਦੱਸੀ ਜਾ ਸਕਦੀ ਹੈ ਬਿਲਕੁਲ ਨੰਗਾ ਨਤਾਰ ਕਰਕੇ ਬਿਲਕੁਲ ਉਹਨੂੰ ਫੇਰ ਕਰਕੇ ਹੈ ਜੀ ਅਨਡਰੈਸ ਕਰਕੇ ਇਸ ਤਰ੍ਹਾਂ ਤਰੀਕੇ ਨਾਲ ਦੱਸਣਾ ਕਿ ਆਲਮੋਸਟ ਇੰਜ ਲੱਗੇ ਕਿਉਂਕਿ ਉਹ ਬੱਚਾ ਦਿਮਾਗ ਹੁੰਦਾ ਹੈ ਉਹ ਗੱਲ ਨੂੰ ਸੱਜੇ ਖਬਰ ਬੜੀ ਜਲਦੀ ਜੜਾ ਹੋ ਜਾਂਦਾ ਜਿਸ ਵੇ ਸਾਡੇ ਸ਼ਰਮ ਹਯਾ ਥੋੜੀ ਜੀ ਹੋਵੇ ਕਿ ਨਹੀਂ ਲਫ਼ਜ਼ਾਂ ਦੇ ਵਿੱਚ ਵੀ ਵਤਾਰੇ ਦੇ ਵਿੱਚ ਵੀ ਤਰੀਕੇ ਦੇ ਵਿੱਚ ਵੀ ਨਹੀਂ ਮੇਰਾ ਖਿਆਲ ਹੈ ਤੁਹਾਡੀ ਗੱਲ ਆ ਗਈ ਜੀ ਮੈਂ ਸਮਝ ਗਿਆ ਜਿਹੜੀ ਤੁਹਾਡੀ ਆਰਗੂਮੈਂਟ ਹੈ ਤੁਹਾਡੀ ਵੀ ਆਰਗੂਮੈਂਟ ਵੈਲਿਡ ਆਰਗੂਮੈਂਟ ਹੈ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਇਹਨਾਂ ਦਾ ਕਹਿਣਾ ਕਿ ਵੀ ਇਹ ਅਸੀਂ ਨਹੀਂ ਕਰ ਸਕਦੇ ਉਦਾਂ ਇਹ ਵੀ ਠੀਕ ਹੈ ਇੱਕ ਆਰਗੂਮੈਂਟ ਇਹਨਾਂ ਦੀ ਆਥਰ ਜੀ ਦੇਖਦੇ ਇਹ ਕੀ ਕਹਿੰਦੇ ਨੇ ਹਾਂਜੀ ਆਥਰ ਜੀ ਸਰ ਮੈਂ ਇਹ ਕਰਨ ਬੈਠਣੀ ਸੀ ਕਿ ਦੇਖੋ ਕਲਚਰਲ ਇਸਨ ਇਰੀਆ ਨਾ ਕਲਚਰ ਕੋ ਸਟੈਟਿਕ ਚੀਜ਼ ਨਹੀਂ ਅਭੀ ਅਸੀਂ ਹੁਣ ਜੇ ਸੋਸਾਇਟੀ ਦੇ ਵਿੱਚ ਰਹਿੰਦੇ ਆ ਇੱਥੇ ਨਵੇਂ ਚੈਲੰਜਸ ਆ ਇੱਥੇ ਜਿਹੜੀ ਜਨਰੇਸ਼ਨ ਨਵੀਂ ਆ ਰਹੀ ਹੈ ਉਹ ਹੋਰ ਤਰ੍ਹਾਂ ਦੀ ਜਨਰੇਸ਼ਨ ਹੈ ਸੋ ਜਿੱਥੇ ਤੱਕ ਤੱਲਕ ਹੈ ਨਾ ਕਿ ਇਨਫੋਰਮੇਸ਼ਨ ਨਾ ਦੇਣਾ ਇਹਦੇ ਨਾਲ ਤੁਹਾਡੇ ਰਿਜ਼ਲਟ ਮਿਲ ਜਾਣਗੇ ਅਗਰ ਬੱਚਾ ਤੁਹਾਡਾ ਅਬਯੂਜ਼ ਹੋ ਰਿਹਾ ਤੁਸੀਂ ਉਹਨੂੰ ਪ੍ਰੇਫਰ ਕਰਨ ਉਸ ਤੇ ਤਿਆਰ ਹੋ ਅਸੀਂ ਜੇ ਸੋਸਾਇਟੀ ਦੀ ਗੱਲ ਕਰ ਰਹੇ ਆ ਉਹਦੇ ਤੇ ਸਾਰੀਆਂ ਚੀਜ਼ਾਂ ਬਹੁਤ ਅਰਥੇਤ ਹੋ ਗਈਆਂ ਔਰ ਸਟਿਗਮਾ ਜਿਹੜਾ ਲਾਇਆ ਹੋਇਆ ਬੱਚਾ ਤੇ ਉਹਨੇ ਹੀ ਬੋਲਦੇ ਇਹ ਬੜੀ ਗਲਤ ਚੀਜ਼ ਆ ਮੈਂ ਸਮਝਦਾ ਕਿ ਬਿਲਕੁਲ ਜਿਹੜੀਆਂ ਚੀਜ਼ਾਂ ਜ਼ਰੂਰੀ ਹਨ ਜਿਹਦੇ ਤੇ ਸਾਇੰਟਿਫਿਕ ਰਿਸਰਚ ਹੋਈ ਹੋਈ ਆ ਉਹ ਔਰ ਬੱਚਿਆਂ ਦੇ ਦੇਖੋ ਮੈਂ ਉਹੀ ਤਾਂ ਗੱਲ ਕਹਿਣਾ ਸੀ ਬਹੁਤ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦੇਣੇ ਪੁਰਾਣੀਆਂ ਚੀਜ਼ਾਂ ਜਾਂ ਕਲਚਰਸ ਉਹ ਅੰਡਰ ਡਿਵੈਲਪ ਚੀਜ਼ਾਂ ਜਿਹੜੀਆਂ ਉਹ ਸਸਟੇਨ ਨਹੀਂ ਹੋ ਸਕਦੀਆਂ ਅੱਜ ਅੱਜ ਦਾ ਦੌਰ ਦੇ ਵਿੱਚ ਬੱਚਿਆਂ ਕੋਲ ਤੁਹਾਡੇ ਕੋਲੋਂ ਜ਼ਿਆਦਾ ਇਨਫੋਰਮੇਸ਼ਨ ਆ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਇਨਫੋਰਮੇਸ਼ਨ ਦੇਣਾ ਕੋਈ ਗੱਲ ਨਹੀਂ ਬਾਕੀ ਇਹ ਸ਼ਰਮੋ ਹਿਆ ਇਹ ਸ਼ੇਮ ਇਨਫਲੈਕਸ਼ਨ ਜਿਹੜੀ ਹੈ ਨਾ ਇਹਦਾ ਹੋਰ ਚੀਜ਼ਾਂ ਨਾਲ ਤਲਕ ਹੈ ਇੱਜ਼ਤ ਬੇਇੱਜ਼ਤੀ ਹੈ ਅਥਾਰਟੀਟੇਰੀਅਨ ਸਿਸਟਮ ਦੀਆਂ ਚੀਜ਼ਾਂ ਹੁੰਦੀਆਂ ਇਹਨਾਂ ਨੂੰ ਇਹਨਾਂ ਨਾਲ ਮਿਕਸ ਨਹੀਂ ਕਰਨਾ ਚਾਹੀਦਾ ਬੁਨਿਆਦੀ ਚੀਜ਼ ਇਹ ਹੈ ਕਿ ਬੱਚਾ ਅਬਿਊਜ਼ ਨਾ ਹੋਵੇ ਇਹ ਕੋਈ ਗੱਲ ਨਹੀਂ ਹੈਗੀ ਕਿ ਬੱਚਾ ਅਬਿਊਜ਼ ਹੁੰਦਾ ਰਹੇ ਬਸ ਗੱਲ ਨਾ ਕਰੇ ਸ਼ਰਮ ਬੜੀ ਹੈ ਜੀ ਪਤਾ ਨਾ ਲੱਗੇ ਇੱਕ ਬੜੀ ਡਾਈਕਾਟੋਮੀ ਆ ਸਾਡੀਆਂ ਸੋਸਾਇਟੀਆਂ ਦੀ ਆ ਔਰ ਇਹ ਅੰਡਰ ਡਿਵੈਲਪਡ ਸੋਚ ਆ ਇਹ ਸਸਟੇਨ ਨਹੀਂ ਕਰ ਸਕਦੀ ਜਿਦਾਂ ਜਿਹੜੀਆਂ ਨਵੀਆਂ ਆਂ ਦੀਆਂ ਤੁਹਾਡੀ ਨਵੀਂ ਐਜੂਕੇਸ਼ਨ ਮਿਲਦੀ ਆ ਜਿਹੜੀਆਂ ਪੁਰਾਣੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਲੱਗੇ ਕਿ ਇਹ ਨਹੀਂ ਠੀਕ ਹੈਗੀਆਂ ਛੱਡ ਦੇਣ ਦੇ ਵਿੱਚ ਹਿੱਤਮਤ ਆ ਉਹਦੇ ਕੋਈ ਐਸੀ ਚੀਜ਼ ਨਹੀਂ ਅਸੀਂ ਆ ਮੈਂ ਫੁੱਲ ਡ੍ਰੈਗਿੰਗ ਕਰਦੇ ਨਹੀਂ ਜੀ ਨਹੀਂ ਆ ਸਾਡੂ ਅਸੀਂ ਤਾਂ ਪਹਿਲੇ ਕੀਤਾ ਕੋਈ ਨਹੀਂ ਹੋਣ ਦੀ ਕਰਨਾ ਇਹ ਕੋਈ ਵੈਲਿਊ ਪੁਆਇੰਟ ਨਹੀਂ ਆ ਥੈਂਕ ਯੂ ਅਥਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਮੈਂ ਮੇਰਾ ਖਿਆਲ ਹੈ ਤੁਸੀਂ ਕਾਫੀ ਸਟਰੋਂਗਲੀ ਆਪਣੀ ਗੱਲ ਕਹਿ ਦਿੱਤੀ ਆ ਤੇ ਅੱਗੇ ਰਾਜੀਵ ਜੀ ਨੇ ਹਾਂਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਜੀ ਸਰ ਬਹੁਤ ਟਾਪਿਕਸ ਹੁੰਦੇ ਆ ਤੁਹਾਡਾ ਡਿਫਰੈਂਟ ਥੀਵਿਊਜ਼ ਵੀ ਆ ਰਹੇ ਏ ਟ੍ਰੇਟ ਟਾਪਿਕ ਤੇ ਮੇਰਾ ਮੰਨਣਾ ਤਾਂ ਹੈ ਕਿ ਵੀ ਆਪ ਟੂ ਬੀ ਫਰੈਂਡਸ ਵਿਦ ਦ ਕਿਡਸ ਪੁਸ਼ ਪੁਆਇੰਟ ਉਹਨਾਂ ਨੇ ਜੇ ਪਹਿਲੇ ਕਾਲਰ ਨੇ ਅਤਾ ਜੀ ਤਾਂ ਪਹਿਲੇ ਕਿਹਾ ਹੈ ਕਿ ਨਹੀਂ ਜੀ ਅਸਾਂ ਕਲਚਰ ਕਲਚਰ ਇਸ ਫਾਈਨ ਅਸੀਂ ਕਲਚਰ ਨੂੰ ਲੈ ਕੇ ਤਾਂ ਚੱਲਨੇ ਆਪਨੇ ਇਸ ਕਲਚਰ ਚੈ ਨਹੀਂ ਅਸੀਂ ਕਹਿ ਰਹੇ ਕਿ ਕੱਜ ਬੱਚੇ ਜਾਂ ਜਸਨਾਵ ਕਹਿ ਰਹੇ ਹੈ ਕਿ ਨੰਗੇ ਘੁੰਮਣਾ ਉਹ ਤਾਂ ਨਹੀਂ ਹੁੰਦਾ ਲੇਕਿਨ ਇੱਕ ਐਜੂਕੇਸ਼ਨ ਦੇਣੀ ਬੱਚੇ ਨੂੰ ਇਕੋ ਦਾ ਗਾਈਡੈਂਸ ਬੀਿੰਗ ਅ ਫਰੈਂਡ ਟੂ ਯਰ ਕਿਡ that is very important you have to be open with your kids ਕਿਉਂਕਿ ਇਹ ਉਹਨ ਕੋਈ ਚੀਜ਼ਾਂ ਯਾਦ ਐਸੀ ਚੁਟਲਾਨ ਵਾਲੀਆਂ ਦਾ ਹੱਕੀਆਂ ਨਹੀਂ ਲਾਈਟ ਦੇ ਵਿੱਚ ਕੁਝ ਹੋ ਰਿਹਾ ਐਂਡ ਥੀਸ ਆਰ ਸੈਟਸ ਆਫ ਲਾਈਟ ਤੇਸੀ ਰੈਦਰ ਦੈਨ ਉਹਨੂੰ ਕਿ ਪਰਦੇ ਪਿੱਛੇ ਰੱਖ ਕੇ ਕਿ ਨਹੀਂ ਐ ਹੋ ਰਿਹਾ ਤੇ ਉਹ ਤਾਂ ਅੱਖਾਂ ਬੰਦ ਕਰ ਲੋਗੇ ਤੇ ਕੋ ਐ ਤਾਂ ਨਹੀਂ ਕਿ ਡੇਂਜਰ ਚਲਾ ਜਾਏਗਾ ਬੱਚਿਆਂ ਨਾਲ ਉਹਨਾਂ ਨੂੰ ਸਮਝਾਓ ਸਕੂਲ ਐਜੂਕੇਸ਼ਨ ਦੌਰਾਨ ਮਿਲੀ ਰਹੀ ਐ ਬਟ ਪੇਰੈਂਟਸ ਵੀ ਤੁਸੀਂ ਆਫ ਕੋਰਸ ਵੀ ਡਰਾ ਅ ਲਾਈਨ ਸਮਵੇਅਰ ਮੈਂ ਨਹੀਂ ਕਹਿ ਰਿਹਾ ਕਿ ਅਸੀਂ ਬੱਚਿਆਂ ਨਾਲ ਜਾ ਕੇ ਪੋਰਨੋ ਦੇਖਣੀ ਹੈ ਕਿ ਕਿਸੇ ਨੇ ਉਹਦਾ ਕੋਈ ਨਹੀਂ ਕਰ ਰਿਹਾ ਲੇਕਿਨ ਦ ਥਿੰਗ ਇਜ਼ ਉਹਨਾਂ ਨੂੰ ਸਮਝਾਓ ਕਿ ਦਿਸ ਇਜ਼ ਵਾਟ ਇਜ਼ ਰਾਈਟ ਐਂਡ ਦਿਸ ਇਜ਼ ਰੋਂਗ ਬਿਲਕੁਲ ਐਂਡ ਉਹਦੇ ਵੀ ਥੋੜਾ ਓਪਨ ਹੋਣਾ ਕੋਈ ਗਲਤ ਗੱਲ ਨਹੀਂ ਹੁੰਦੀ ਕਲਚਰ ਸਾਡਾ ਕਦੇ ਹੀ ਨਹੀਂ ਇੰਨਾ ਇਸ ਗੱਲ ਨੂੰ ਕਹਿੰਦਾ ਕਿ ਅਸੀਂ ਅਡੈਪਟ ਵੀ ਤਾਂ ਕਰਨੇ ਹਿਊਮਨ ਬੀਇੰਗਸ ਨੇ ਕੀ ਕੀਤਾ ਓਵਰ ਦਾ ਏਜਸ ਅਸੀਂ ਇਵੋਲਵ ਕਰ ਰਹੇ ਹਾਂ ਇਵੋਲਵ ਕਰੀ ਜਾ ਰਹੇ ਹਾਂ ਜੇ ਜੇ ਸੀ ਸਟੱਕ ਹੋ ਜਾਵਾਂਗੇ ਉੱਥੇ ਹੀ ਕਿ ਨਹੀਂ ਜੀ ਇਹ ਪਹਿਲੇ ਜ਼ਮਾਨੇ ਦਾ ਹੈ ਕਿ ਆ ਸੀ ਮੇਰੇ ਫਾਦਰ ਹੁਣ ਮੇਰੇ ਗ੍ਰੈਂਡਫਾਦਰ ਡਿਫਰੈਂਸੀ ਫਾਦਰ ਡਿਫਰੈਂਸੀ ਅਸੀਂ ਡਿਫਰੈਂਡਰ ਦੇ ਬੱਚੇ ਦਾ ਕੋਈ ਆਲ ਟੂਗੇਦਰ ਡਿਫਰੈਂਸ ਨਹੀਂ ਕੈਨੇਡੀਅਨ ਕਿਡਸ ਮੈਂ ਤਾਂ ਆਪਣੇ ਬੇਟੇ ਨੂੰ ਜਦੋਂ ਯੂਨੀਵਰਸਿਟੀ ਜਾ ਰਿਹਾ ਸੀ ਉਹਨੂੰ ਓਪਨਲੀ ਕਿਹਾ ਸੀ ਬੇਟਾ ਯੂ ਹੈਵ ਏਵਰੀਥਿੰਗ ਸਭ ਕੁਝ ਓਪਨ ਹੈ ਸੀ ਕੋਈ ਮੋਨਿਟਰ ਕਰੀ ਨਹੀਂ ਸਕਦੇ ਤੈਨੂੰ ਪਰ ਸਾਰੀ ਲਾਈਫ ਪਈ ਹੈ ਐਲਕੋਹਲ ਡਰਗਸ ਗਰਲਸ ਸਭ ਕੁਝ ਲਾਈਫ ਦੇ ਵਿੱਚ ਆ ਗਿਆ ਬਟ ਤੂੰ ਆਪਣੀ ਲਾਈਫ ਨੂੰ ਫਾਰਮੂਲੇਟ ਕਰਨਾ ਹੈ ਅچھے ਤਰੀਕੇ ਨਾਲ ਜੋ ਕੰਪਲੀਟ ਟੀ ਟੋਟਲਰ ਹੈ ਐਲਕੋਹਲ ਸਿਗਰਟ ਕੋਈ ਡਰਗਸ ਆ ਬਹੁਤ ਦੂਰ ਦੀ ਗੱਲ ਹੈ ਕੁਛ ਤੇ ਉਹਨੇ ਲਾਈਫ ਆਪਣੀ ਚੂਜ਼ ਕੀਤੀ ਹੈ ਬਟ ਉਹਨਾਂ ਨੂੰ ਥੋੜਾ ਫ੍ਰੀ ਐਂਡ ਫ੍ਰੈਂਕ ਹੋਣਾ ਪਏਗਾ ਸਾਨੂੰ ਆਈ 100% ਅਗਰੀਵਰ ਥੈਂਕ ਯੂ ਥੈਂਕ ਯੂ ਰਜੀਵ ਜੀ ਬਹੁਤ ਬਹੁਤ ਸ਼ੁਕਰੀਆ ਔਰ ਸਾਰਾ ਟੌਪਿਕ ਵੀ ਅੱਜ ਦਾ ਅਸਲ ਚ ਇਹੀ ਹੈ ਇਹ ਟੌਪਿਕ ਨਹੀਂ ਹੈ ਕਿ ਇਸ ਟੌਪਿਕ ਤੇ ਗੱਲ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਕਿਉਂਕਿ ਨਾ ਹੋਣ ਵਾਲੀ ਤਾਂ ਹੁਣ ਗੱਲ ਰਹਿ ਨਹੀਂ ਗਈ ਟੌਪਿਕ ਇਹ ਹੈ ਕਿ ਵੀ ਜਦੋਂ ਗੱਲ ਕਰਨੀ ਹੈ ਤੇ ਉਹ ਕਿੰਨੀ ਕੁ ਕਰਨੀ ਹੈ ਤੇ ਕਿਵੇਂ ਕਰਨੀ ਹੈ ਬਿਲਕੁਲ ਥੋੜੀ ਜੀ ਗੱਲ ਜਿਵੇਂ ਆਪਾਂ ਸਾਡੇ ਨਾਲ ਸਟੂਡੀਓ 'ਚ ਚੇਤਨਾ ਨੇ ਇਹ ਵੀ ਆਪਣੇ ਪੈਰੈਂਟ ਦੇ ਤੌਰ ਤੇ ਐਕਸਪੀਰੀਅੰਸ ਸ਼ੇਅਰ ਕਰ ਰਿਆ ਹੈ ਕੋਈ ਕੋਈ ਤੁਸੀਂ ਕੋਈ ਐਗਜ਼ਾਮਪਲ ਦੇਣੀ ਚਾਹੋਗੇ ਆਪਣੀ ਮੈਂ ਤੁਹਾਨੂੰ ਐਗਜ਼ਾਮਪਲ ਇਸ ਤਰ੍ਹਾਂ ਦਾ ਕੋਈ ਸਵਾਲ ਬੱਚਾ ਕਰੀ ਹਾਂ ਹਾਂ ਮੈਂ ਤਾਂ ਨਹੀਂ ਐਗਜ਼ਾਮਪਲ ਦਿੰਨੀ ਉਸ ਤੋਂ ਪਹਿਲੇ ਮੈਂ ਨਾ ਇੱਕ ਚੀਜ਼ ਜਿਹੜੀ ਕਾਮਨਲੀ ਜਿਹੜੀ ਵੋਕੈਬਲਰੀ ਦੀ ਗੱਲ ਵੀ ਅਸੀਂ ਕਿਸ ਤਰ੍ਹਾਂ ਗੱਲ ਕਰਨੀ ਹੈ ਜਦੋਂ ਸਾਡਾ ਬੱਚਾ ਮੈਥ ਇੰਗਲਿਸ਼ ਸਾਇੰਸ 'ਚ ਵੀਕ ਹੁੰਦਾ ਹੈ ਆਪਾਂ ਉਹਨੂੰ ਟਿਊਸ਼ਨ ਲਵਾਉਂਦੇ ਆ ਹੈਨਾ ਅਸੀਂ ਉਹਦੇ ਵਾਸਤੇ ਐਕਟੀਵਿਟੀਆਂ ਡਿਸਾਈਡ ਕਰਦੇ ਆ ਵੀ 스ਵਿਮਿੰਗ ਜਾਏਗਾ ਸਕੇਟਿੰਗ ਜਾਏਗਾ ਅਸੀਂ ਇੰਨੀ ਮਿਹਨਤ ਕਰਦੇ ਆ ਇੰਨਾ ਸਾਰੀ ਚੀਜ਼ਾਂ ਵਾਸਤੇ ਠੀਕ ਹੈ ਬਟ ਫॉर ਥਿਸ ਪਰਟੀਕੂਲਰ ਸਬਜੈਕਟ ਭਾਰਤ ਕਿਦਰੇ ਟਿਊਸ਼ਨ ਕਿਸੇ ਹੋਰ ਕੋਲੋਂ ਤੇ ਪੜ ਨਹੀਂ ਸਕਦੇ ਤੇ ਸਾਨੂੰ ਆਪਣੇ ਆਪ ਨੂੰ ਐਜੂਕੇਟ ਕਰਨਾ ਕਿ ਸਕੂਲ ਚ ਕੀ ਪੜਾ ਰਿਹਾ ਕੀ ਵੋਕੈਬਲਰੀ ਯੂਜ਼ ਕਰ ਰਿਹਾ ਉਹ ਬੜਾ ਜ਼ਰੂਰੀ ਹੈ ਟੂ ਬੀ ਪ੍ਰਿਪੇਅਰਡ ਫॉर द ਟਾਈਮ ਜਦੋਂ ਬੱਚਾ ਤੁਹਾਡੇ ਕੋਲੋਂ ਕੁਐਸਚਨ ਪੁੱਛੇ ਨਾਓ ਆਈ ਵਿਲ ਗਿਵ ਯੂ ਐਨ ਐਗਜ਼ਾਮਪਲ ਫॉर ਥੈਟ कि नैटफलिक्स एक शो हैगा है, सैक्स लाइफ करके और एक होर और शो है सैक्स एजुकेशन करके सो so, एक दिन आप बैठे फ्राइडे नाइट नॉर्मली आप मूवीज़ देखते हैं सो अपा नैटफलिक्स कोई मूवी देखनी सी जोड़ी सारे ने डिसाइड की तो ट्रेंडिंग शो से सब तो अगे आ गया सो सन इज आस्किंग मी कि मम्मा ਏ ਤੁਸੀਂ ਸ਼ੋਅ ਦੇਖਿਆ ਮੈਂ ਕਹਿੰਦਾ ਬੇਟਾ ਹਾਂ ਮੈਂ ਦੇਖਿਆ ਹੈ ਸ਼ੋਅ ਤੇ ਕਹਿੰਦਾ ਮम्मा ਕੈਨ ਵੀ ਵਾਚ ਮੈਂ ਕਹਿੰਦਾ ਨਹੀਂ ਕਬੀਰ ਵੀ ਕੈਨ ਨਾਟ ਵਾਚ ਦਿਸ ਟੁਗੇਦਰ ਫॉर ਟੂ ਰੀਜ਼ਨਸ ਇੱਕ ਤੇ ਐ ਕਿ ਮੈਂ ਕੰਫਰਟੇਬਲ ਨਹੀਂ ਹਾਂ ਕਿ ਜੋ ਐ ਸ਼ੋਅ ਹੈ ਐ ਮੈਂ ਤੇਰੇ ਨਾਲ ਦੇਖਾ ਮੈਂ ਕੰਫਰਟੇਬਲ ਨਹੀਂ ਹਾਂ ਠੀਕ ਹੈ ਸੋ ਉੱਥੇ ਬੱਚੇ ਨੂੰ ਇਹ ਪਤਾ ਲੱਗ ਰਿਹਾ ਕਿ ਮੇਰੇ ਮਦਰ ਵੀ ਇੱਕ ਹਿਊਮਨ ਹੈ ਉਹਦੇ ਵੀ ਕੁਝ ਕੰਫਰਟ ਜ਼ੋਨਸ ਹੈ ਤੇ ਦੂਸਰੀ ਗੱਲ ਹੈ ਕਿ ਬੇਟਾ ਇਹਦੇ ਵਿੱਚ ਜੋ ਦਿਖਾ ਰਿਹਾ ਉਹ ਰਿਐਲਿਟੀ ਨਹੀਂ ਹੈ ਥੈਟ ਇਜ਼ ਨਾਟ ਉਹ ਟੀਵੀ ਵਾਸਤੇ ਇੱਕ ਐਗਜ਼ੈਜਰੇਟ ਕਰਕੇ ਇੱਕ ਸਟੋਰੀ ਦੱਸੀ ਗਈ ਹੈ that is not reality ਐਂਡ ਮੈਂ 10 ਮੈਂ ਨਹੀਂ ਚਾਹਦੀ ਕਿ ਤੈਨੂੰ ਇਹੋ ਜਿਹੀ ਕੋਈ ਚੀਜ਼ ਪਤਾ ਲੱਗੇ ਜਿਹੜੀ ਰਿਐਲਿਟੀ ਤੋਂ ਬਹੁਤ ਦੂਰ ਹੈ ਜਦੋਂ ਆਪਣੀ ਐਂਡ ਡਿਸਕਸ਼ਨ ਹੋ ਗਈ ਨਾ ਤੇ ਉਸ ਤੋਂ ਬਾਅਦ ਹੀ ਨੇਵਰ ਆਸਕ ਕਿ ਔਰ ਉਹਦਾ ਕਦੀ ਇੰਟਰਸਟ ਨਹੀਂ ਆਇਆ ਕਿ ਨਹੀਂ ਨਹੀਂ ਮੈਂ ਛੁੱਪ ਛੁੱਪ ਕੇ ਦੇਖ ਲਾਂ ਕਿ ਕੀ ਕੀ ਹੁੰਦਾ ਨਾ ਬੱਚੇ ਜਦੋਂ ਮੈਂ ਤਰੁਨੇ ਗੱਲ ਦੱਸ ਰਹੀ ਸੀ ਵੀ ਇਹ ਚਾਕਲੇਟ ਦਾ ਬਾਕਸ ਹੈ ਜੇ ਮੈਂ ਤੁਹਾਨੂੰ ਨਹੀਂ ਦੱਸਿਆ ਵਿੱਚ ਚਾਕਲੇਟ ਹੈ ਤੇ ਪਰ ਮੈਂ ਕਿਹਾ ਤੁਹਾਡੇ ਵਾਸਤੇ ਵਧੀਆ ਨਹੀਂ ਹੈ ਦੇਖਣਾ ਤੁਸੀਂ ਹਮੇਸ਼ਾ ਪੁੱਛਦੇ ਰਹੋਗੇ ਵੀ ਇਹ ਕੀ ਹੈ ਕੀ ਹੈ ਬੱਚੇ ਤੇ ਹੋਰ ਵੀ ਜ਼ਿਆਦਾ ਉਹ ਕੀਉਰੀਅਸ ਹੈ ਤੋਂ ਜਿਹੜੇ ਮੈਸੇजेस ਨੇ ਇੱਕ ਤਾਂ ਮੈਂ ਪਹਿਲਾਂ ਟੈਕਸਟ ਮੈਸੇਜ ਲਾਵਾਂ ਉਸ ਤੋਂ ਬਾਅਦ ਫਿਰ ਕੁਝ ਕਾਲ ਦੇ ਲੈਣੇ ਆ ਅ ਅੱਛਾ ਇੱਕ ਸਤਵਿੰਦਰ ਹੋਰ ਹੀ ਕਹਿ ਰਹੇ ਨੇ ਕਿ ਕਈ ਤੇ ਲੋਕ ਆਪਣੀ ਵਾਈਫ ਨਾਲ ਜਾਂ ਪਾਰਟਨਰ ਨਾਲ ਨਹੀਂ ਗੱਲ ਕਰ ਸਕਦੇ ਖੁੱਲ ਕੇ ਬੱਚਿਆਂ ਨਾਲ ਤੇ ਗੱਲ ਕੀ ਕਰਨੀ ਹੈ ਇਹ ਕੁਝ ਹੋਰ ਵੀ ਘਰ ਕਮੈਂਟ ਨੇ ਜਸਬੀਰ ਕਹ ਰਹੇ ਨੇ ਕਿ ਇਸ ਸੈਡ ਟੂ ਸੇ ਇਨ ਸਾਊਥ ਏਸ਼ੀਅਨ ਕਲਚਰ ਚਾਈਲਡ ਅਬਿਊਜ਼ ਬਹੁਤ ਧੀਰ ਤੋਂ ਚੱਲ ਰਿਹਾ ਪਰ ਕੋਈ ਇਹਦੇ ਬਾਰੇ ਗੱਲ ਕਰਨ ਦੀ ਹਿੰਮਤ ਨਹੀਂ ਕਰਦਾ ਸਾਰਾ ਕੁਝ ਪਰਦੇ ਪਿੱਛੇ ਹੋ ਰਿਹਾ ਸੋ ਬਿਹਤਰ ਇਹੀ ਹੈ ਕਿ ਇਹਦੇ ਬਾਰੇ ਸੀ ਗੱਲ ਕਰੀਏ ਤੇ ਉਸ ਤੋਂ ਬਚਣ ਦਾ ਇੱਕ ਤਰੀਕਾ ਵੀ ਇਹੀ ਹੈ ਕਿ ਗੱਲ ਕੀਤੀ ਜਾਏ ਤੇ ਮੋਨਾ ਸੇਖੋਂ ਕਹ ਰਹੇ ਨੇ ਕਿ ਠੀਕ ਹੈ ਸਾਡੇ ਕਲਚਰ ਚ ਇਹ ਥੋੜਾ ਮੁਸ਼ਕਲ ਹੈ ਗੱਲ ਕਰਨਾ ਪਰ ਸਾਡਾ ਕੰਸਰਨ ਇਹ ਹੋਣਾ ਚਾਹੀਦਾ ਕਿ ਬੱਚਿਆਂ ਨੂੰ ਪ੍ਰੋਟੈਕਟ ਕਰਨ ਦਾ ਸਵਾਲ ਹੈ ਸੋ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਉਹਨਾਂ ਨਾਲ ਖੁੱਲ ਕੇ ਗੱਲ ਕਰਨੀ ਜ਼ਰੂਰੀ ਹੈ ਫੋਨ ਲਾਈਨ ਤੇ ਨੇ ਜੀ ਪ੍ਰਭਦੀਪ ਹਾਂਜੀ ਪ੍ਰਭਦੀਪ ਜੀ ਸਾਜੀ ਪਾਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਜੀ ਬਹੁਤ ਅੱਛਾ ਪਾਜੀ ਬੜਾ ਤੁਸੀਂ ਜ਼ਬਰਦਸਤ ਟਾਪਿਕ ਲੈ ਕੇ ਆਂਦੇ ਹੋ ਇਹ ਤਾਂ ਫਿਊਚਰ ਕਹਿ ਲਓ ਜਿਹੜੇ ਆਪਣੇ ਪੇਰੈਂਟਸ ਬੱਚਿਆਂ ਨੂੰ ਰੇਜ਼ ਕਰਦੇ ਪਏ ਨੇ ਉਹਲੇ ਤਾਂ ਫੁੱਲ ਫਲੈਜਡ ਸਟਰਗਲ ਹੈ ਜੀ ਆ ਦੇਖੋ ਸਰ ਗੱਲ ਇਹ ਹੈ ਵੀ ਜਿਹੜੀ ਏਜ ਗਰੁੱਪ ਕਹਿ ਲਓ 90s ਤੋਂ ਪੁਰਾਣੇ ਬੌਰ ਨੇ ਰਾਈਟ ਉਹਨਾਂ ਨੂੰ ਤਾਂ ਇੱਕ ਪੁਰਾਣੇ ਕਲਚਰ ਨਾਲ ਜੁੜੇ ਨੇ ਉਹਨਾਂ ਲਈ ਜਿਵੇਂ ਇੱਕ ਸ਼ਰਮ ਚੀਜ਼ ਹੁੰਦੀ ਸੀ ਜਿਹੜੇ ਹੁਣ ਗਾਂ ਦੀ ਗਾਂ ਟੈਕਨੋਲੋਜੀ ਰਾਈਟ ਤੁਸੀਂ ਮੈਂ ਇੱਕ ਐਗਜ਼ਾਮਪਲ ਲੈ ਕੇ ਦੱਲਦਾ ਅੱਜ ਇੱਕ ਬੱਚਾ ਫੂਡ ਖਾਣ ਲਈ ਟੇਰ ਤੋਂ ਫੋਨ ਮੰਗ ਲੈਂਦਾ ਰਾਈਟ ਮੈਂ ਫੋਨ ਜਿਹੜਾ ਖਾਣਾ ਜਿਹੜਾ ਖਾਣਾ ਦਾ ਫੋਨ ਦੇਖਣ ਦਾ ਖਾਣਾ ਹੁਣ ਜੋ-ਜੋ ਉਹਦੇ ਤੇ ਵੀਡੀਓ ਆਣੀਆਂ ਜਿਹੜਾ ਨੈਟ ਇੰਟਰਨੈਟ ਆ ਉਹਨੇ ਐਲਗੋਰਿਦਮ ਤੁਹਾਡਾ ਪਿਕ ਕਰਨਾ ਹੈਗਾ ਜਿਹੜੀ ਚੀਜ਼ ਤੁਹਾਡਾ ਬੱਚਾ ਦੇਖਦਾ ਹੁਣ ਮੈਂ ਆਪਣੇ YouTube ਜਦੋਂ ਮੈਂ ਖੋਲਦਾਗਾ ਮੈਨੂੰ ਹਮੇਸ਼ਾ ਕਾਰਟੂਨ ਦੀਆਂ ਵੀਡੀਓਜ਼ ਆਉਂਦੀਆਂ ਨੇ ਠੀਕ ਹੈ ਜੀ ਹੁਣ ਜੇ ਘਰੇ ਆਪਾਂ ਜਿ ਪਿਛਲੇ ਇੱਕ ਦੋ ਕਾਲਰ ਮੈਲਾ ਦੇ ਕਿਸੇ ਨੇ ਜ਼ਿਕਰ ਕੀਤਾ ਸੀ Netflix ਦਾ ਜਦੋਂ Netflix ਤੇ ਆਪਾਂ ਉਹੋ ਜਿਹੇ ਮੂਵੀਜ਼ ਦੇਖਾਂਗੇ ਉਹੋ ਜਿਹਾ ਐਕਸਪੋਜ਼ਰ ਆਊਗਾ ਤਾਂ ਆਬਵੀਅਸਲੀ ਉਹ ਐਲਗੋਰਿਦਮ ਇੰਟਰਨੈਟ ਨੇ ਪਿਕ ਕਰ ਲੈਣਾ ਜਾਂ ਉਹ ਉਸ 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 ਪਲੇਟਫਾਰਮ ਨੇ ਪਿਕ ਕਰ ਲੈਣਾ ਉਹ ਚੀਜ਼ਾਂ ਤੁਹਾਡੇ ਸਾਹਮਣੇ ਆਉਣਗੀਆਂ ਪਹਿਲਾਂ ਤਾਂ ਦੇਖੋ ਜੀ ਇਹਦਾ ਜੇ ਅਡਲਟ ਹੁੱਡ ਵਾਲੇ ਪਾਸੋਂ ਦੇਖੀਏ ਤਾਂ ਮਾਪੇ ਤੇ ਬਹੁਤ ਮਾਇਨੇ ਰੱਖਦਾ ਜ ਆਪਣੇ ਬੱਚੇ ਨੂੰ ਕਿਵੇਂ ਐਕਸਪੋਜ਼ਰ ਕਿਹੜੀ ਚੀਜ਼ ਦਾ ਕਹਿ ਜਾ ਰੱਖਣਾ ਹਾਂਜੀ ਰਹੀ ਗੱਲ ਜਦੋਂ ਬੱਚਾ ਇੱਕ ਬਾਅਦ ਸਕੂਲਾਂ ਚ ਵਿਚਰਦਾ ਉੱਥੇ ਜਾ ਕੇ ਉਹਨੂੰ ਨਵੀਂ ਚੀਜ਼ ਮਿਲਦੀ ਹੈਗੀ ਤਾਂ ਦੇਖੋ ਜੀ ਗੱਲ ਇਹ ਹੈ ਵੀ ਸਭ ਤੋਂ ਐਂਡ 'ਚ ਮਾਇਨੇ ਰੱਖੇਗੀ ਰੰਗਤ ਸੰਗਤ ਬੱਚੇ ਦੀ ਬੱਚੇ ਦੀ ਰੰਗਤ ਸੰਗਤ ਆ ਗਾਇਡੈਂਸ ਨਹੀਂ ਮਾਪੇ-ਬਾਪ ਦਾ ਫਰਜ਼ ਆ ਰੰਗਤ ਸੰਗਤ ਨੂੰ ਅਸੀਂ ਰੋਕ ਨਹੀਂ ਸਕਦੇ ਹੁਣ ਸਾਡੇ ਬੱਚੇ ਸਕੂਲਾਂ ਚ ਪੜਨ ਜਾਂਦੇ ਨੇ ਮਾਪੇ-ਬਾਪ ਤਾਂ ਪਿੱਛੋਂ ਕੰਮ ਆਤੇ ਨੇ ਹਾਂਜੀ ਜਿਹੜੀ ਉਹਦੀ ਸੁਸਾਇਟੀ ਪਿਕ ਕਰਨੀ ਹੈ ਜਿਨ੍ਹਾਂ ਨਾਲ ਬਹਿਣਾ ਉੱਠਣਾ ਭਾਵੇਂ ਤੁਸੀਂ ਦੇਖ ਲਓ ਜੇ ਤੁਸੀਂ ਚੰਗੇ ਸਕੂਲ ਤੋਂ ਵੀ ਬੱਚੇ ਨੂੰ ਪੜ੍ਹਨੇ ਪਾ ਰਹੇ ਹੋ ਬਸ ਹੁਣ ਉਸੇ ਸਕੂਲ ਚ ਮਾੜੇ ਬੱਚੇ ਵੀ ਹੋਣਗੇ ਚੰਗੇ ਬੱਚੇ ਵੀ ਹੋਣਗੇ ਹੁਣ ਤੁਹਾਡੇ ਤੁਹਾਡੇ ਬੱਚੇ ਨੇ ਡਿਸਾਈਡ ਕਰਨਾ ਹੈ ਤੁਹਾਡੇ ਬੱਚੇ ਦਾ ਦਿਮਾਗੀ ਚੋਣ ਕਿੱਥੋਂ ਆ ਕਿੱਥੇ ਨੂੰ ਜਾ ਰਿਹਾ ਉਹ that he or she has to decide and that will direct ਤੁਹਾਡਾ ਬੱਚਾ ਜਾ ਕੇ ਦੰਨੁਰਿਆ ਹੂੰ ਬਿਲਕੁਲ ਤਾਂ ਫੇਰੇ ਬੰਦੇ ਨੇ ਜਿਹੜੇ ਜਿਹੜੇ ਪੇਰੈਂਟਸ ਆਪਣੇ ਇੰਨੀਕ ਸਟਰੋਂਗ ਗਾਈਡੈਂਸ ਨਾਲ ਬੱਚਿਆਂ ਨੂੰ ਦੱਸਦੇ ਨੇ ਤੁਸੀਂ ਆਹ ਆ ਪਾਥ ਤੇ ਜਾਣਾ ਆਹ ਪਾਥ ਆ ਤੁਹਾਡਾ ਰਾਈਟ ਉਹਦੇ باوجود ਵੀ ਬੱਚੇ ਵਿਗੜਦੇ ਹੂੰ ਸਹੀ ਗੱਲ ਹੈ ਚੇਤਨਾ ਹੁਣ ਇਹ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਤੁਹਾਡਾ ਕੀ ਐਕਸਪੀਰੀਅੰਸ ਹੈ ਕੀ ਤੁਹਾਡੇ ਥੌਟਸ ਨੇ ਮੈਨੂੰ ਇਹ ਲੱਗਦਾ ਹੈ ਕਿ ਹੱਲੇ ਵੀ ਇਵਨ ਜਿਹੜੇ ਮੇਰੀ ਜਨਰੇਸ਼ਨ ਦੇ ਜਿਹੜੇ 80s 90s ਦੇ ਬੌਰਨ ਪੇਰੈਂਟਸ ਹਨ ਮੈਂ ਉਸ ਤੋਂ ਪਹਿਲੇ ਦਿੱਤੇ ਗੱਲ ਨਹੀਂ ਕਰੀ ਇੰਨਾ ਵੱਡਾ ਸਟਿਗਮਾ ਹੈਗਾ ਹੈ ਔਰ ਮੇਰਾ ਮਕਸਦ ਵੀ ਇਹੀ ਸੀ ਆਂਦਾ ਕਿ ਐ ਸਟਿਗਮਾ ਤੋਂ ਆਪਣੇ ਆਪ ਨੂੰ ਪਿੱਛਾ ਛੁਡਾਣਾ ਹੈ ਕਿਉਂਕਿ ਇਟਸ ਅਬਾਊਟ ਪ੍ਰੋਟੈਕਟਿੰਗ ਯਰ ਚਾਈਲਡ ਐਂਡ ਨਾਟ ਜਸਟ স্মॉल ਚਾਈਲਡ ਜਦੋਂ 16 17 ਸਾਲ ਦੇ ਬੱਚੇ 15 ਸਾਲ ਦੇ ਬੱਚੇ ਜਦੋਂ ਪੀਅਰ ਪ੍ਰੈਸ਼ਰ ਚਾਕੇ ਕੁਝ ਗਲਤ ਕਰਦੇ ਹਨ ਨਾ ਉੱਥੋਂ ਵੀ ਪ੍ਰੋਟੈਕਟ ਕਰਨਾ ਹੈ ਠੀਕ ਹੈ ਸੋ ਇਟਸ ਨਾਟ ਜਸਟ ਕਿ ਕੋਈ ਐਡਲਟ ਬੱਚੇ ਨੂੰ ਉਹ ਕਰ ਰਿਹਾ ਹੈ ਐਕਸਪਲੋਇਟ ਕਰ ਰਿਹਾ ਹੈ ਆਪਸ ਚ ਟੀਨੇਜਰਸ ਜੇ ਇੱਕ ਦੂਸਰੇ ਨੂੰ ਐਕਸਪਲੋਇਟ ਕਰ ਰਿਹਾ ਇਟਸ ਇਟਸ ਵੈਰੀ ਇੰਪੋਰਟੈਂਟ ਸੋ ਉਹ ਕਰਨਾ ਬੜਾ ਜ਼ਰੂਰੀ ਹੈ ਮੇਰੀ ਆਬਜ਼ਰਵੇਸ਼ਨ ਹੈ ਕਿ ਹੁਣ ਤੱਕ ਜਿੰਨੇ ਵੀ ਕਾਲਰਸ ਨੇ ਜਾਂ ਟੈਕਸਟ ਮੈਸੇजेस ਨੇ ਕਿਸੇ ਨੇ ਵੀ ਆਪਣਾ ਰੀਅਲ ਐਕਸਪੀਰੀਅੰਸ ਨਹੀਂ ਸ਼ੇਅਰ ਕੀਤਾ ਕਿਸੇ ਨੇ ਵੀ ਸਿਰਫ ਨੇ ਥਿਓਰੀਟੀਕਲ ਗੱਲਾਂ ਕੀਤੀਆਂ ਸੋ ਇਥੋਂ ਪਤਾ ਲੱਗਦਾ ਹਾਂ ਕਿ ਹੈਜ਼ਿਟੇਸ਼ਨ ਕਿੰਨੀ ਹੈ ਤੇ ਇਹਦੇ ਬਾਰੇ ਅਸਲ ਦੇ ਵਿੱਚ ਇਹ ਪ੍ਰੋਬਲਮ ਜਿੰਨੇ ਅਸੀਂ ਸਮਝਦੇ ਹਾਂ ਉਸ ਤੋਂ ਵੀ ਵੱਡੀ ਹੈ ਬਹੁਤ ਵੱਡੀ ਹੈ ਔਰ ਰੇਡੀਓ ਤੇ ਗੱਲ ਕਰੋ ਨਾ ਕਰੋ ਬਟ ਆਈ ਊਡ ਸੇ ਕਿ ਆਪਣੇ ਬੱਚੇ ਨਾਲ ਜ਼ਰੂਰ ਬੈਠ ਕੇ ਗੱਲ ਕਰੋ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ